ਨਿਸ਼ਾਨ ਪੰਮੀਪੁਰਾ ਉਹ ਵੀਰ ਵੀ ਆਪਣਾ ਮਾਨ ਸਨਮਾਨ ਜਿਹੜਾ ਉਸ ਵੀਰ ਦਾ ਵੀ ਮਾਨ ਸਨਮਾਨ ਅਲਵਟਾ ਪੰਜਾਬੀ ਸਪੋਰਟਸ ਕਬੱਡੀ ਕਲੱਬ ਲਈ ਕੀਤਾ ਜਾ ਰਿਹਾ ਹੈ। ਲਓ ਬਲਵੀਰ ਸਿੰਘ ਦੁੱਲਾ ਬੱਗੇ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਮੱਝਦਾ ਅਗਿਆਰ ਦੇ ਤੌਰ ਤੇ ਜਾਣਿਆ ਜਾਂਦਾ ਮੇਰੇ ਵੀਰਿਓ ਭਈ ਹੋਈ ਕਬੱਡੀ ਤੇ ਗਰਦਿਤ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਸਫਲਤਾ ਜਿਹੜੀ ਬਲਵੀਰ ਸਿੰਘ ਦੁੱਲੇ ਦੀ ਸੀ ਹੈ। ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਨੀਟੂ ਟੰਗ ਹੋਣੀ ਨਾਲ ਮੇਜਰ ਸਿੰਘ ਜੀ ਪ੍ਰਾਣ ਭੂਰ ਪਿੰਡ ਹੈ ਜਿਨ੍ਹਾਂ ਦਾ ਵੱਡਾ ਸਹਿਯੋਗ ਵੱਡੇ ਖੇਡ ਪ੍ਰਮੋਟਰਾਂ ਦੇ ਵਿੱਚ ਜ਼ਿਕਰ ਆਉਂਦਾ ਹੈ। ਲਓ ਆਪਣੀ ਟੀਮ ਦੇ ਲਈ ਕੋਚਿੰਗ ਕਰਨਗੇ ਮੇਰੇ ਵੀਰਿਓ ਤੇ ਅਰਸ਼ੀ ਪ੍ਰੀਤਮ ਕਬੱਡੀ ਪਾ ਰਹੇ ਹੈ। ਵਿਕਰਮਜੀਤ ਸਿੰਘ ਨਾਮ ਹੈ, ਕੋਈ ਵਿੱਕੀ ਆਖਦਾ ਹੈ, ਕੋਈ ਹਰੀਕੇ ਵਾਲਾ ਆਖਦਾ ਹੈ। ਲਓ ਪਈ ਹੋਈ ਕਬੱਡੀ ਅਰਸ਼ੀ ਪ੍ਰੀਤਮ ਦੀ ਤੇ 19 ਕੁ ਵਰਿਆਂ ਦੀ ਚੜ੍ਹਦੀ ਪ੍ਰੇਸ ਦਰਸ਼ਕ ਵੀਰਿਓ ਅੰਦੇ ਦੂਰ ਹੋਣਗੇ। ਮਾਰ ਦਿਓ ਤਾੜੀ ਪੱਲੇ 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 ਹੋ ਗਈ ਮਿੱਤਰੋ, ਲੱਗ ਗਈ ਅਜੇ ਫਾਦੇ ਤਾੜੀ ਗਈ ਹੈ ਵੱਜ ਮਿੱਤਰੋ, ਲੱਗ ਗਈ ਅਜੇ ਫਾਦੇ ਤਾੜੀ ਗਈ ਹੈ ਵੱਜ ਮਿੱਤਰੋ। ਲਓ ਹਸੂਸ ਚਾਵੇਜ਼, ਕੋਈ ਯਾਰੋ ਦੀ ਗੱਲ ਕਦੇ ਹੈਰੋ ਦੀ ਗੱਲ। ਲਓ ਪਈ ਹੋਈ ਕਬੱਡੀ, ਵੱਖਰਾ ਹੇਅਰ ਸਟਾਈਲ ਤੇ ਵੱਖਰੇ ਸਟਾਈਲ ਨਾਲ ਨੌਜਵਾਨ ਕਬੱਡੀ ਪਾਉਂਦਾ ਹੈ। ਲਓ ਗੁਰਦਿੱਤ ਕਿਸ਼ਨਗੜ ਛੱਡਾ ਪਿੰਡ ਦਾ ਇਸ ਸਮੇਂ ਇੱਕ ਨਾਲ ਕਾਊ ਜਫਾ ਕੇ ਨਹੀਂ ਕੀਤੀ ਹੋਈ ਕੋਸ਼ਿਸ਼ ਖੇਡ ਮੈਦਾਨ ਦੇ ਵਿੱਚ। ਲਓ ਇਸ ਸਮੇਂ ਹੰਦੇ ਦੂਰ ਹੋਣਗੇ, ਪਰ ਇੱਧਰ ਦੇਖਦੇ ਹਾਂ ਵੀ ਹਰਵਿੰਦਰ ਸਿੰਘ ਜੀ ਲੱਡੂ ਹੋਣੀ ਇਹ ਇਸ਼ਾਰਾ ਕਰਦੇ ਹੋਏ ਵੀ ਇਹ ਪੁਆਇੰਟ ਜਿਹੜਾ ਇੰਟਰਨੈਸ਼ਨਲ ਕੈਲਗਰੀ ਦੀ ਟੀਮ ਦੇ ਹਿੱਸੇ ਜੁੜਿਆ, ਇਹ ਪੁਆਇੰਟ ਜਿਹੜਾ ਫਰੇਜ਼ਰ ਵੈਲੀ ਦੀ ਟੀਮ ਦੇ ਲਈ ਆਖਾਂ ਜਾਂ ਯੰਗ ਕਬੱਡੀ ਕਲੱਬ ਦੀ ਟੀਮ ਦੇ ਲਈ ਆਖਾਂ, ਉਸ ਟੀਮ ਦੇ ਹਿੱਸੇ ਜੁੜੇ ਹੈ। ਨਾਲ ਹੀ ਢੇਸੀ ਉਹਨਾਂ ਦਾ ਵੀ ਕਹਿੰਦੇ ਵੱਡਾ ਮਾਣ ਅੱਜ ਇਸ ਖੇਡ ਕਲੱਬ ਵੱਲੋਂ ਕੀਤਾ ਜਾਵੇਗਾ ਮੇਰੇ ਵੀਰਿਓ। ਤੇ ਅੰਗਰੇਜ਼ ਮੱਲੀਆਂ ਵਾਲਾ ਕਬੱਡੀ ਪਾ ਰਹੇ ਆ, ਕਦੇ ਅਰੈਚਾਂ ਵਾਲੇ ਅੰਗਰੇਜ਼ ਦੀ ਵੀ ਚਰਚਾ ਹੋਈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਤੇ ਇੱਧਰ ਦੇਖਦੇ ਆ ਕੌਣ ਕੋਸ਼ਿਸ਼ ਕਰ ਰਹੇ ਹੈ। ਪਰ ਟੈਕਨੀਕਲ ਤੌਰ ਤੇ ਇਹ ਪੁਆਇੰਟ ਜਿਹੜਾ ਦੇਖਦੇ ਆ ਵੀ ਧਾਰੀ ਦੇ ਹਿੱਸੇ ਹੈ। ਮੱਖਣ ਸਿੰਘ ਨਾਮ ਹੈ, ਮੱਖਣ ਸਿੰਘ ਨਾਮ ਹੈ, ਸੰਧੂ ਪਰਿਵਾਰ ਦਾ ਹੀਰਾ ਪੁੱਤ ਹੈ। ਲਓ ਅੱਜ ਸਮੇਂ ਕਬੱਡੀ ਪਾਉਣ ਮੱਖੀ ਕਲਾ ਪਿੰਡ ਹੈ। ਪਿਛਲੇ ਸਾਲ ਆਲੀਵਰ ਦੇ ਕਬੱਡੀ ਕੱਪ ਦੇ ਵਿੱਚ ਕੇ ਸਮਾਜਨ ਨੇ ਵੀ ਰਿਕਾਰਡ ਬਣਾਇਆ ਸੀ ਵੀ 5 ਸੈਕਿੰਡ ਦੇ ਵਿੱਚ ਜਦੋਂ ਪੁਆਇੰਟ ਆਪਣੀ ਟੀਮ ਦੇ ਲਈ ਜੋੜਿਆ ਤੇ ਉਹ ਰਿਕਾਰਡ ਰਿਹਾ ਮੇਰੇ ਵੀਰਿਓ, ਜਿਸ ਤਰ੍ਹਾਂ ਅੱਜ ਕਹਿੰਦੇ ਰਤਨ ਲਾਲ ਨੇ ਗੱਲ ਕੀਤੀ ਹੈ। ਤੇ ਇੱਧਰ ਦੇਖਦੇ ਵੀ ਹਰਜੋਤ ਸਿੰਘ ਚੀਮਾ ਰਾਮਗੜ੍ਹ ਸਤਾਰਾ ਪਿੰਡ ਵਾਲਾ ਤੇ ਸਫਲਤਾ ਜਿਹੜੀ ਮੱਖਣ ਸਿੰਘ ਦੇ ਹਿੱਸੇ ਹੈ, ਇਸ ਨੌਜਵਾਨ ਦੇ ਹਿੱਸੇ ਹੈ, ਸੰਧੂ ਪਰਿਵਾਰ ਦੇ ਇਸ ਨੌਜਵਾਨ ਦੇ ਹਿੱਸੇ ਹੈ। ਅਗਲੀ ਕਬੱਡੀ ਫਿਰ ਦੇਖਾਂਗੇ ਵੀ ਰਤਨ ਲਾਲ ਦੀ ਪਈ ਹੋਈ ਕਬੱਡੀ ਤੇ ਉਧਰ ਸੰਧੂ ਖਡੂਰ ਸਾਹਿਬ ਦਾ ਅਰਸ਼ ਚੋਲਾ ਸਾਹਿਬ ਦਾ ਉੱਚੇ ਲੰਮੇ ਕਾਦੇ ਵਿੱਚ ਭਰੀਆਂ ਹੋਈਆਂ ਮਗਰਾਂ ਕੀਤੀ ਹੋਈ ਕੋਸ਼ਿਸ਼। ਲਿਸ਼ਕਦੇ ਪਿੰਡੇ ਦਰਸ਼ਕ ਵੀਰੋ ਖੇਡ ਮੈਦਾਨ ਦੇ ਵਿੱਚ ਬੱਲੇ 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 ਹੋਣ ਵਾਲੀ ਗੱਲ, ਹਰਕੇ ਪੈਰ ਉਖੜੇ ਆ ਤੇ ਸਫਲਤਾ ਇਸ ਨੌਜਵਾਨ ਦੇ ਹਿੱਸੇ ਜੁੜਦੀ ਹੋਈ। ਪਰਮ ਟਰੈਕਿੰਗ ਤੋਂ ਪਰਮਵੀਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪੌਂਸਰ ਵੀਰਾਂ ਦਾ ਵੀ ਸਮੇਂ ਸਮੇਂ ਤੇ। ਅਰਸ਼ੂ ਭਲੂਰ ਪਿੰਡ ਹੈ, ਮੇਜਰ ਸਿੰਘ ਬਰਾੜ ਦਾ ਗੁਰਾਈ ਕਬੱਡੀ ਪਾ ਰਿਹਾ ਹੈ। ਲਓ ਪਹਿਲੀ ਵਾਰ ਖੇਡਣ ਦੇ ਲਈ ਪੁੱਜਿਆ, ਕਿਉਂਕਿ ਟਾਰ ਦਾ ਸੁੱਖਾ ਰੰਧਾਵਾ ਤੇ ਗੁਰਮੁਖ ਸਿੰਘ ਜੀ ਅਟਵਾਲ ਹੋਣੀ ਮਾਣ ਕਰਦੇ ਹੈ ਵੀ ਬ੍ਰੈਂਟਨ ਦੇ ਵਿੱਚ ਸਾਡੀ ਟੀਮ ਦੇ ਲਈ ਖੇਡਦਾ। ਤੇ ਇੱਧਰ ਪਈ ਹੋਈ ਕਬੱਡੀ ਅਰਸ਼ੂ ਭਲੂਰ ਪਿੰਡ ਦਾ, ਕਹਿੰਦੇ ਇੰਡੀਆ ਦੀ ਟੀਮ ਦੇ ਲਈ 26ਵੇਂ ਕੈਨੇਡਾ ਕਬੱਡੀ ਕੱਪ ਦੇ ਵਿੱਚ ਖੇਡੇਗਾ ਮੇਰੇ ਵੀਰਿਓ, ਇਸ ਨੌਜਵਾਨ ਦੀ ਵੀ ਗੱਲ ਜਿਹੜੀ ਹੋਵੇਗੀ। ਦੂਸਰੇ ਪਾਸੇ ਲਾਡਾ ਬਲਪੁਰੀਆ ਦਾ ਅਗਲੀ ਕਬੱਡੀ ਪਾਉਣ ਦੇ ਲਈ ਇੱਧਰ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਹੈ ਕੈਮਰੇ ਫੋਰਸ ਨੇ, ਜ਼ਿੰਦਗੀ ਦੇ ਇਤਿਹਾਸਿਕ ਪਲ ਤੇ ਉਧਰ ਨੀਟੂ ਕੰਗ ਹੁਣੀ ਇਸ਼ਾਰਾ ਕਰ ਰਹੇ ਹੈ ਵੀ ਕੌਣ ਖੱਬੀ ਕਰੀ ਤੋਂ ਵੱਧ ਕੇ ਟਰਾਈ ਕਰੂ ਜਾਂ ਸੱਜੀ ਤੋਂ, ਇਸ ਸਮੇਂ ਦੀਆਂ ਬਾਤਾਂ ਹੋਣਗੀਆਂ। ਲਓ ਇਸ ਸਮੇਂ ਹੋ ਗਈ ਕੋਸ਼ਿਸ਼ ਮੇਰੇ ਵੀਰਿਓ, ਸ਼ਰਨਾ ਡੱਗੋ ਰਮਾਣੇ ਦਾ ਬਾਬੇ ਫਰੀਦ ਦੀ ਧਰਤੀ ਹੈ, ਸ਼ਰਨਜੀਤ ਸਿੰਘ ਸ਼ਰਮਾ ਲਾ ਜੱਫਾ। ਅੱਜ ਸਮੇਂ ਚੱਲਦੇ ਹੋਏ ਮੈਚ ਦਾ ਦੂਸਰਾ ਜੱਫਾ ਲੱਗ ਚੁੱਕਿਆ ਮੇਰੇ ਵੀਰਿਓ, ਤੇ ਆਹ ਨੌਜਵਾਨ ਕਹਿੰਦੇ ਜੱਸੀ ਸੁਹੋਤਾ ਕੈਨੇਡੀਅਨ ਬੋਰਨ ਭਲਵਾਨੀ ਕਰਦਾ ਤੇ ਕਬੱਡੀ ਦੇ ਨਾਲ ਜੁੜਿਆ। ਪਿਛਲੇ ਸਾਲ ਜਦ ਪਹਿਲੀ ਵਾਰ ਗੁਰੂ ਤੇਗ ਬਹਾਦਰ ਸਪੋਰਟ ਕਬੱਡੀ ਕਲੱਬ ਦੀ ਉਹ ਖੇਡ ਮੇਲਾ ਹੋਇਆ ਯੂਨੀਅਨ ਸਿਟੀ ਦੇ ਲੋਕਲ ਹਾਈ ਸਕੂਲ ਦੇ ਵਿੱਚ, ਤੇ ਕਹਿੰਦਾ ਬੀਸੀ ਦੀ ਟੀਮ ਵੱਲੋਂ ਉਹ ਖੇਡਿਆ, 13 ਕਬੱਡੀਆਂ ਪਾ ਕੇ 13 ਪੁਆਇੰਟ ਜਿਹੜੇ ਫਾਈਨਲ ਮੈਚ ਦੇ ਵਿੱਚ ਹਾਸਲ ਕੀਤੇ ਤੇ ਉਸ ਕਬੱਡੀ ਕੱਪ ਦਾ ਜਿਹੜਾ ਉੱਤਮ ਚੁਣਿਆ ਗਿਆ ਮੇਰੇ ਵੀਰਿਓ, ਇਹ ਰਿਕਾਰਡ ਦੇ ਇਹਨਾਂ ਖਿਡਾਰੀਆਂ ਦੇ। ਤਾਂ ਅਰਸ਼ੀ ਪ੍ਰੀਤਮ ਅਗਲੀ ਕਬੱਡੀ ਚੱਲਿਆ, ਇਸ ਸਾਲ ਵੀ ਵੱਡੀਆਂ ਰੌਣਕਾਂ ਕਹਿੰਦੇ ਲੋਕਲ ਹਾਈ ਸਕੂਲ ਦੇ ਵਿੱਚ ਲੱਗਣਗੀਆਂ। ਯੂਨਾਈਟਡ ਸਪੋਰਟਸ ਕਬੱਡੀ ਕਲੱਬ ਅਮੋਲਕ ਸਿੰਘ ਜੀ ਦਾਖਲ ਹੋਣੀ, ਕਹਿੰਦੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਗੱਲਾਂ ਕਰਾਉਣਗੇ, ਕੈਲੀਫੋਰਨੀਆ ਦੇ ਪਹਿਲੇ ਕਬੱਡੀ ਕੱਪ ਦੀ ਜਿਹੜੀ ਗੱਲ ਹੋਵੇਗੀ। ਤੇ ਇੱਧਰ ਵੀ ਗੁਰਪ੍ਰੀਤ ਸਿੰਘ ਪੁਆਇੰਟ ਇੱਕ ਵਾਰ ਜ਼ਰੂਰ ਦੱਸੀ ਵੀ ਕਿਸ ਨੌਜਵਾਨ ਦੇ ਹਿੱਸੇ ਜੁੜੇ ਹੈ, ਇਹ ਇੰਟਰਨੈਸ਼ਨਲ ਗੁਰਮੀਤ ਸਿੰਘ ਜੀ ਉਹਨਾਂ ਦਾ ਵੀ ਅਸੀਂ ਇੱਥੇ ਪੁੱਜਣ ਦੇ ਧੰਨਵਾਦ ਕਰਦੇ ਹਾਂ, ਵੱਡਾ ਸਹਿਯੋਗ ਹੈ। ਤੇ ਇੱਧਰ ਸਮਰਾ ਸਾਹਿਬ ਜਿੱਥੇ 2 ਘੁੱਟ ਚਾਹ ਪੀਤੀ ਹੈ ਤੇ ਸੋਚ ਰਹੇ ਹੈ ਨਾਲ ਧਰਮਾ ਸੁਹੋਤਾ ਜੀ ਵੀ ਸਾਡੀ ਟੀਮ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗੀ। ਤੇ ਨੀਟੂ ਕੰਗ ਜੀ ਵੱਲੋਂ ਸਰ ਗੁਰਮੀਤ ਸਿੰਘ ਜੀ ਉਹਨਾਂ ਦੇ ਇੱਥੇ ਪੁੱਜਣ ਦੇ ਅਸੀਂ ਧੰਨਵਾਦ ਕਰਦੇ ਹਾਂ।
ਤੇ ਇਸ ਸਮੇਂ ਲਓ ਪਈ ਹੋਈ ਕਬੱਡੀ ਦੂਸਰੇ ਪਾਸੇ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਪੌਂਸਰ ਵੀਰਾਂ ਦਾ ਜਿਨ੍ਹਾਂ ਨੇ ਹਾਕਮ ਸਿੰਘ ਜੀ ਔਲਖ ਪਿੰਦਾ ਬੋਪਾ ਰਾਏ ਗੋਰਾ ਬੋਪਾ ਰਾਏ ਪਿੰਦਾ ਔਲਖ ਰਾਜੂ ਹਾਂਸ ਪਿਰਸੀ ਸੇਖੋ ਤੇ ਜੀਤਾ ਕਲਾਰ ਤੇ ਜੱਸੀ ਗਿੱਲ ਜੀ ਕਾਮਾ ਗਾਟਾ ਮਾਰੂ ਸਾਡੇ ਪੰਜਾਬ ਦੇ ਰੋਇਲ ਕੈਂਗ ਯੂਐਸਏ ਨੂੰ ਜਿਹੜਾ ਸਪੌਂਸਰ ਕਰ ਰਹੇ ਹੈ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਦਾ। ਦੂਸਰੇ ਪਾਸੇ ਇੰਟਰਨੈਸ਼ਨਲ ਸਪੋਰਟਸ ਕਬੱਡੀ ਕਲੱਬ ਕੈਲਗਰੀ ਦੀ ਟੀਮ ਦੇ ਲਈ ਕਬੱਡੀ ਪਾਉਣ ਦੇ ਲਈ ਬਲਵੀਰ ਸਿੰਘ ਦੁੱਲਾ ਅੱਗੇ ਵਧੇ ਹੈ। ਮੇਜਰ ਸਿੰਘ ਪਰਾਰ ਦੀ ਟੀਮ ਹੋਣਾ ਦੇ ਲਈ ਆਖਾਂ, ਨੀਟੂ ਕੰਗ ਦੀ ਟੀਮ ਦੇ ਲਈ ਆਖਾਂ, ਜਾਂ ਫਿਰ ਦੇਖਾਂਗਾ ਕਿ ਵੀ ਇਸ ਸਮੇਂ ਰਿੰਕੂ ਬਿਲੇ ਹੋਣਾ ਦੀ ਟੀਮ ਦੇ ਲਈ ਕਬੱਡੀ ਪਾ ਚੁੱਕੇ ਆ ਮੇਰੇ ਵੀਰੇ ਹੋ। ਤੇ ਦੂਸਰੇ ਪਾਸੇ ਪਈ ਹੋਈ ਕਬੱਡੀ ਦੇ ਉੱਪਰ ਅਮਨ ਕੌਕੇ ਪਿੰਡ ਦਾ, ਕੌਕੇ ਪਿੰਡ ਹੈ ਇਸ ਨੌਜਵਾਨ ਦਾ, ਜਗਰਾਵਾਂ ਦੇ ਲਾਗੇ ਜਗਰਾਵਾਂ ਦੀ ਰੋਸ਼ਨੀ ਦੀ ਗੱਲ ਹੁੰਦੀ ਹੈ ਤੇ ਇਸ ਨੌਜਵਾਨ ਦੀ ਖੇਡ ਮੈਦਾਨਾਂ ਦੇ ਵਿੱਚ ਜਿਹੜੀ ਚਰਚਾ ਹੁੰਦੀ ਹੈ। ਅਗਲੇ ਮੈਚ ਦੀਆਂ ਦੋਨੋਂ ਟੀਮਾਂ ਇੱਧਰ ਬੂਟਾ ਗਿੱਲ ਜੀ ਗਿੱਲ ਹੋਮਸ ਸੰਗਮ ਹੋਮਸ ਬਿੰਦੀ ਡਰਾਈਵਾਲ ਰਾਇਲ ਰੈਕਸਰੀ ਹੋਮਸ ਦੇ ਤਾਰਾ ਸਿੰਘ ਜੀ ਗਿੱਲ ਉਹਨਾਂ ਦਾ ਵੀ ਧੰਨਵਾਦ ਜੋ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ ਦੇ ਸਪੌਂਸਰ ਕਰ ਰਹੇ ਆ ਮੇਰੇ ਵੀਰਿਓ। ਯਾਦਾਂ ਸੁਰਖਪੁਰੀ ਆ ਇਸ ਸਮੇਂ ਰਤਨ ਲਾਲ ਦੀ ਪਈ ਹੋਈ ਕਬੱਡੀ ਸੁਰਖਪੁਰ ਪਿੰਡ ਕਹਿੰਦੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਤੇ ਸਫਲਤਾ ਇਸ ਸਮੇਂ ਇਸ ਨੌਜਵਾਨ ਦੇ ਇਸੇ ਹੈ। ਅਗਲੇ ਮੈਚ ਦੇ ਲਈ ਦੋਨੋਂ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਮੈਦਾਨ ਵੱਲ ਆ ਜਾਣਗੀਆਂ। ਸ਼ਹੀਦ ਭਗਤ ਸਿੰਘ ਦਸ਼ਮੇਸ਼ ਐਮਸਪੋਰਟ ਕਬੱਡੀ ਕਲੱਬ ਦੀ ਟੀਮ ਜਿਹੜੀ ਇੱਕ ਪਾਸੇ ਹੋਵੇਗੀ ਤੇ ਦੂਸਰੇ ਪਾਸੇ ਡੀਸੀ ਟਾਈਗਰਸ ਦੀ ਟੀਮ ਜਿਹੜੀ ਹੋਵੇਗੀ। ਲਓ ਪਈ ਹੋਈ ਕਬੱਡੀ ਇਸ ਸਮੇਂ ਆਓ ਚਾਵੇਜ ਕੋਈ ਯਾਰੋ ਆਖਦਾ ਕੋਈ ਯਾਰੋ ਆਖਦਾ, ਇਹਨਾਂ ਭਰਾਵਾਂ ਦੀ ਜੋੜੀ ਜਿਹੜੀ ਰੁਪਿੰਦਰ ਜੀ ਦੁਨੀਆਂ 'ਚ ਮਸ਼ਹੂਰ ਹੋ ਗਈ ਹੈ ਜਿੱਥੇ ਐਕਸ਼ਨ ਦੇ ਨਾਲ ਮੇਲਾ ਲੁੱਟਣ ਦੀ ਗੱਲ ਕਰਦੇ ਆ, ਵੱਖਰਾ ਸਟਾਈਲ ਹੈ ਕਬੱਡੀ ਪਾਉਣ ਦਾ। ਤੇ ਉੱਧਰ ਅਗਲੀ ਕਬੱਡੀ ਫਿਰ ਕੇਸਾ ਤਾਰੀ ਸਿੱਖ ਸਰਦਾਰ ਅਗਲੀ ਕਬੱਡੀ ਪਾਉਂਦੇ ਨੇ ਅੱਗੇ ਵੱਲ ਵੱਧਦਾ ਹੋਇਆ। ਅਲਵਾਟਾ ਪੰਜਾਬੀ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਵੱਲੋਂ ਫੈਸਲਾ ਕੀਤਾ ਗਿਆ ਹੈ ਵੀ ਜਿੰਨੇ ਕੇਸਾਧਾਰੀ ਸਿੱਖ ਸਰਦਾਰ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਇਸ ਟੀਮਾਂ ਦੇ ਵਿੱਚ ਖੇਡ ਰਹੇ ਹੈ, ਵੱਡੇ ਮਾਣ ਜਿਹੜੇ ਉਹਨਾਂ ਨੌਜਵਾਨਾਂ ਦੇ ਕੀਤੇ ਜਾਣਗੇ, ਬੜੀ ਖੁਸ਼ੀ ਦੀ ਗੱਲ ਹੈ, ਵੱਡੇ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ। ਉੱਧਰ ਦੇਖਿਆ ਵੀ ਕੀਪਰ ਸੁਰਪੁਰੀਆ ਵੀ ਪੁੱਜਿਆ, ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਹੈ, ਆਪਣੇ ਸਮੇਂ ਦੇ ਵਿੱਚ ਬਾਤਾਂ ਹੋਈਆਂ ਇਸ ਨੌਜਵਾਨ ਦੀਆਂ। ਲਓ ਮੱਖਣ ਦੀ ਪਈ ਹੋਈ ਕਬੱਡੀ ਹੈ ਸਵੇ, ਮੱਖਣ ਮੱਖੀ ਦੀ ਪਈ ਹੋਈ ਕਬੱਡੀ ਦਰਸ਼ਕ ਵੀਰਿਓ, ਸਮੁੰਦਰ ਦੀਆਂ ਕੱਦ ਪਈ ਹੋਈ ਕਬੱਡੀ, ਹਲਕੇ ਹਲਕੇ ਕਦਮਾਂ ਦੇ ਨਾਲ ਬੋਲਿਆ ਹੋਇਆ ਭਾਵਾ ਮੇਰੇ ਇਸ ਨੌਜਵਾਨ ਧਾਵੀ ਦਾ, ਦੂਸਰੇ ਪਾਸੇ ਇਸ਼ਾਰਾ ਕਰੂ ਕੋਸ਼ਿਸ਼ ਪਰ ਅਮਨ ਕੌਕੇ ਪਿੰਡ ਦਾ ਇਸ ਸਮੇਂ ਕਰਦਾ ਹੋਇਆ ਕੋਸ਼ਿਸ਼ ਖੇਡ ਮੈਦਾਨ ਦੇ ਵਿੱਚ। ਬੱਚਾ ਕਦੇ ਨਾ ਕਿਸੇ ਦਾ ਨਾਥ ਹੋਵੇ, ਸਦਾ ਮਾਪਿਆਂ ਦੀਆਂ ਰਹਿਣ ਸਿਰ ਤੇ ਛਾਵਾਂ, ਦੁੱਖ ਦਰਦ ਸਾਰੀ ਦੁਨੀਆਂ ਤੋਂ ਦੂਰ ਹੋ ਜੇ, ਆਓ ਰਲ ਮਿਲ ਕਰੀਏ ਇਹ ਦਵਾਵਾਂ, ਜਿੱਥੇ ਵੀਰ ਪੈਗੰਬਰ ਦਾ ਪੈਰ ਪੈ ਜੇ ਉੱਜੜ ਜੋਗ ਹੋ ਜਾਂਦੀਆਂ ਨੇ ਉਹ ਥਾਵਾਂ, ਰੱਖੇ ਸਿੱਧਵਾਂ ਜੋ ਜਗ ਤੇ ਕਰਨ ਨਾਮ ਰੋਸ਼ਨ, ਦੁਰਲੇ ਜੰਮਦੀਆਂ ਨੇ ਐਸੇ ਪੁੱਤ ਮਾਵਾਂ, ਦੁਰਲੇ ਜੰਮਦੀਆਂ ਨੇ ਐਸੇ ਪੁੱਤ ਮਾਵਾਂ। ਤੇ ਇੱਧਰ ਗੁਰਪ੍ਰੀਤ ਨੇ ਇਸ਼ਾਰਾ ਕਰ ਦਿੱਤਾ ਹੈ ਵੀ ਪੁਆਇੰਟ ਜਿਹੜਾ ਇਸ ਨੌਜਵਾਨ ਅਰਸ਼ੀ ਪ੍ਰੀਤਮ ਦੇ ਸੀ ਹੈ। ਛੱਬੀ ਵਾਰ ਕੈਨੇਡਾ ਕਬੱਡੀ ਕੱਪ ਵੀ ਭੱਜਿਆ ਆ ਰਿਹਾ ਹੈ, ਕੱਲ ਦਾ ਦਿਨ ਜਿਹੜਾ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਮਾਤਾ ਪੈਣ ਗਈ ਆ, ਤੇ 20 ਅਗਸਤ ਜਿਹੜਾ ਮਿਲਟਨ ਸ਼ਹਿਰ ਹੋਵੇਗਾ ਮੇਰੇ ਵੀਰੇ ਓਂਟਾਰੀਓ ਸੂਬੇ ਦਾ, ਉਸ ਸ਼ਹਿਰ ਦੇ ਵਿੱਚ ਕਹਿੰਦੇ ਫਸਟ ਓਂਟਾਰੀਓ ਸੈਂਟਰ ਦੇ ਵਿੱਚ ਇੰਡੋਰ ਖੇਡ ਮੈਦਾਨ ਦੇ ਵਿੱਚ ਜਿੱਥੇ 7 ਟੀਮਾਂ ਮੈਨਸ ਦੇ ਵਿੱਚ ਪਾਰਟੀਸਪੇਟ ਕਰਨਗੀਆਂ, 3 ਟੀਮਾਂ ਜਿਹੜੀਆਂ ਲੜਕੀਆਂ ਦੀਆਂ ਪਾਰਟੀਸਪੇਟ ਕਰਨਗੀਆਂ। ਬਿੰਦੀ ਸਰਾਏ ਹੋਣੀ ਸੱਦਾ ਦੇ ਰਹੇ ਹੈ, ਲਾਇਨਸ ਮਾਡਲ ਸਪੋਰਟਸ ਕਬੱਡੀ ਕਲੱਬ ਸੱਦਾ ਦੇ ਰਹੀ ਹੈ, ਵੱਡੀ ਪੱਧਰ ਤੇ ਜੰਗੀ ਪੱਧਰ ਤੇ ਜਿਹੜੀਆਂ ਤਿਆਰੀਆਂ ਰੁਪਿੰਦਰ ਜੀ ਚੱਲ ਰਹੀਆਂ ਨੇ, ਪਾਕਿਸਤਾਨ ਦੀ ਟੀਮ ਵੀ ਕਹਿੰਦੇ ਪੁੱਜੇਗੀ ਉਸ ਕਬੱਡੀ ਕੱਪ ਦੇ ਵਿੱਚ, ਗੱਲਾਂ ਹੋਣਗੀਆਂ। ਇੱਧਰ ਲਾਈਵ ਕਬੱਡੀ .com ਦੇ ਉੱਪਰ ਵੀ ਮੈਨੀ ਜੀ ਲੱਗਦਾ ਗਿਣਤੀ ਵੱਧਦੀ ਜਾ ਰਹੀ ਹੈ, ਸਵੇਰ ਤੋਂ ਮੈਸੇਜ ਆ ਰਹੇ ਸੀ ਵੀ ਕਿੰਨੇ ਸਮੇਂ ਮੈਚ ਜਿਹੜੇ ਸ਼ੁਰੂ ਹੋਣਗੇ, ਕੋਈ ਪਾਕਿਸਤਾਨ ਦੇ ਵਿੱਚ ਬੈਠਾ, ਕੋਈ ਯੂਰਪ ਦੇ ਵਿੱਚ ਬੈਠਾ ਹੋਵੇਗਾ, ਤੇ ਕੋਈ ਆਸਟ੍ਰੇਲੀਆ ਤੇ ਕੋਈ ਨਿਊਜ਼ੀਲੈਂਡ ਤੇ ਕੋਈ ਕੈਨੇਡਾ ਦੇ ਵੱਖ ਹੋ ਕੇ ਸ਼ਹਿਰਾਂ ਦੇ ਵਿੱਚ ਲਾਈਵ ਜ਼ਰੂਰ ਦੇਖ ਰਿਹਾ ਹੋਵੇਗਾ ਮੇਰੇ ਵੀਰਿਓ। ਲੋਕਲ ਮੀਡੀਆ ਤੇ ਵੀ ਗੱਲ ਜਿਹੜੀ ਇਸ ਕਬੱਡੀ ਕੱਪ ਦੀ ਹੋ ਰਹੀ ਹੋਵੇਗੀ। ਤੇ ਇੱਧਰ ਪਈ ਹੋਈ ਕਬੱਡੀ ਅੰਗਰੇਜ਼ ਦੀ, ਤੇ ਦੂਸਰੇ ਪਾਸੇ ਉੱਚਾ ਲੰਬਾ ਕੱਦ ਵਿਕਰਮਜੀਤ ਸਿੰਘ ਬਿੱਕੀ ਹਰੀਕੇ ਪਿੰਡ ਦਾ, ਜਸਵਿੰਦਰ ਸ਼ੋਕਰ ਹੋਣਾ ਦੀ ਟੀਮ ਦੇ ਲਈ ਧੰਨ ਧੰਨ ਕਰਾਉਂਦਾ ਹੈ। ਪਰ ਇੱਧਰ ਦੇਖਦੇ ਹਾਂ ਵੀ ਅੱਜ ਵੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ ਦੇ ਲਈ ਧੰਨ ਧੰਨ ਕਰਾ ਕੇ ਇੱਕ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਉੱਧਰ ਮੇਜਰ ਬਰਾੜ ਹੋਣੀ ਖੁਸ਼ ਹੈ, ਨੀਟੂ ਕੰਗ ਹੋਣੀ ਖੁਸ਼ ਹੈ, ਤੇ ਰਿੰਕੂ ਬਿੱਲੇ ਹੋਣੀ ਖੁਸ਼ ਹੈ ਵੀ ਸਾਡੀ ਟੀਮ ਦੇ ਲਈ ਇੱਕ ਪੁਆਇੰਟ ਦਾ ਹੋਰ ਵਾਧਾ ਹੋ ਚੁੱਕਿਆ ਹੈ। ਇੱਧਰ ਪਈ ਹੋਈ ਕਬੱਡੀ, ਇੱਧਰ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ। ਲਓ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ,
एक एक कबड्डी दूसरे पासे चार जाफियां दी कुंडी हुई कैन दे विचों देखांगे। इधर गिल फिरसों दे बूटा सिंह जी गिल संगम होम्स दिंदी ड्राइवर रॉयल लक्ष्मी होम ते तारा सिंह जी गिल होड़ा दी टीम जेडी इंटरनेशनल कैलगी टीम जेडी स्पॉन्सर की थी गई है। असी धन्यवाद करदे नवीरा दा धन्यवाद करदे नवीरा दा। दूसरे पासे कामा काटा मारू रॉयल कैलगी यूएसए दी टीम जेडी शानदार जना स्पोर्ट्स कबड्डी क्लब दी टीम ते काका शाहवाद दा समय कबड्डी पा रहे हैं ते अमन कौकिया बड़ा ते काला गाजियाने दा इशारा करदा है वी एक पाणीड़ा इंटरनेशनल कैलगरी दी टीम दे सी है। लाटा पलपुरी अगली कबड्डी पाउण दे लई मौसम भी अनुकूल है रविंदर जी ते दर्शक वीरां दी गिणती भी वधदी जा रही है। तुसीं भी डूंघी सोच दे विच हो कि की रणनीति केड़ी टीम दी किस तरह दी रणनीति होवेगी क्योंकि दो कबड्डी कप जिहड़े ओह ऑलरेडी शहीर भगत सिंह दशमेश एरोफोर दी टीम जीत चुकी है दर्शक वीरो ते अज समय अज दे कबड्डी कप दे विच कौण विनर हो समय दी गल्लां होणगीआं पर इस पार दे विचों कौण विजेता हो के निकलदा इह वी समय दी गल्लां होणगीआं। अज समय माध्यम तारियां सलाजां दे लई लो सफल दा लाटा बलपुरी अपनी टीम दे हिस्से एक पॉइंट दा वाधा करदा होइआ एक पॉइंट अपनी टीम दे हिस्से जोड़न दे विच सफलता हासिल करदा होइआ। अगली पई हुई कबड्डी खेड मैदान दे विच बलवीर सिंह दुल्ला हल्का शरीर हल्के हल्के कदमां दे नाल बोलिया होया भावा खेड मैदान दे विच दर्शक वीरो यूएसए दे विच बे एरिया स्पोर्ट्स कबड्डी क्लब लई गल होंदी है ते अंटारियो दे विच कहिंदे इंटरनेशनल स्पोर्ट्स एंड कल्चर एसोसिएशन दे लई इह नौजवान खेडदा ते अज कहिंदे इंटरनेशनल कैलगरी दे लई यंग दी टीम दे लई ते फ्रेजर वैली दी टीम दे लई खेडदा होया। अर्शी प्रीतम कहिंदे खेल मैदान दे विच अगली कबड्डी पाउण दे लई अग्गे वल वधदा होया लो अर्शी प्रीतम दी पई हुई इस कबड्डी दे नाल आपां फिर जुड़ीए ते शरण टग्गो रमाणे दा कीती हुई कोशिश बाबे फरीद दी धरती है इक बाबे फरीद दी धरती नूं बुलाउण करदा ते जिहड़ा मुक्तसर साहिब दी पावन पवित्र धरती नूं बुलाउण करदा मेरे वीरे पर सफलता अर्शी प्रीतम दे हिस्से जुड़दी हुई। अगले मैच लई दोनों टीमां शहीद भगत सिंह दशमेश एरोफोर्ड वर्सेस वीसी टाइगर्स दी टीम जिहड़ी जल्दी नाल खेड मैदान बनावेगी ते वाता पैणगीआं ते इधर देखदे आ वी इह पॉइंट जिहड़ा इस नौजवान दे हिस्से इंटरनेशनल कैलगरी दी टीम दे हिस्से है। मौसम भी समय समय के रंग बदल लिया मेरे वीरे कदे धुप निकलती है ते कदे हल्की छां हुंदी है ते कदे हल्के हल्के हवा दे बुल्ले वग रहे हैं ते दर्शकां दी गिणती वधदी जा रही है। कैमरे फोल्स है कोई आईफोन दे जरिए भी लाइव जिहड़ा फेसबुक ते कर रहा होवेगा गल्लां हो रही होणगीआं ते इधर देखदे आं भी अंग्रेज मल्लिया वाला ते सोशल मीडिया दे पेजां ते भी गल हो अज भी अलवाना दे कबड्डी कप दी इस नौजवान दी पहली कबड्डी अंग्रेज मल्लिया वाला ते दिक्की हरी के पिंड दा सफलता इस समय अंग्रेज दे हिस्से है। इह सफलता जिहड़ी शाने पंजाब स्पोर्ट कबड्डी क्लब दी टीम दे हिस्से है। दूसरे पासे मक्खण दी पई हुई कबड्डी मेरे वीरियो ते इधर देखदे इंटरनेशनल कैलगरी दी टीम दी तरफों नाली ढेसी उन्हां दा वी कहिंदे वड्डा माण अज इस कबड्डी कप दे विच कीता जावेगा गोल्ड रिंग दे नाल जिहड़े मान सम्मान कीते जाणगे अलवाटा पंजाबी स्पोर्ट्स कबड्डी क्लब दे जलाल पिंड दे रुपिंदर दी वी गल होऊ ते इधर देखदे आ वी पई हुई कबड्डी ते काला गाजियाने दा वीर इशारा की करदा है अपनी खेती हुई कबड्डी ते खेड मैदानां दे विच वड्डियां सेवावां ऑफिशियल दीआं सेवावां लो इह सफलता इस मैदान दी सी है। रूल रेगुलेशन एक पासे विक्की हरीके वाला ते दूजे पासे लो पॉइंट कामा काटा मारू शाने पंजाब ते रॉयल किंग कबड्डी क्लब दे हिस्से जा जुड़े है। कदे गल हुंदी सापी तखर दी जिहड़े जनरल सैकटरी ने इस फैडरेशन दे कामा काटा मारू कबड्डी क्लब दे मेन ऑर्गेनाइजरां दे विच गल हुंदी है। दविंदर सोढी उहनां दा नां चमकौर गिल उहनां दा ते सभे थियाड़े उहनां दा नां आउंदा मेरे वीरो ते उत्थे साडे ਮਨਜੀਤ ਸਿੰਘ ਜੀ ਸੰਘੇੜਾ ਉਹਨਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਤੇ ਨਾਲ ਹੀ ਹਾਕਮ ਸਿੰਘ ਜੀ ਔਲਖ ਬਿੰਦਾ ਬੋਪਾ ਰਾਏ ਗੋਰਾ ਬੋਪਾ ਰਾਏ ਬਿੰਦਾ ਔਲਖ ਰਾਜੂ ਹਾਸ ਪਿੱਠੀ ਕੌਕੇ ਜੀਤ ਕੁਲਾਰ ਤੇ ਜੱਸੀ ਗੱਲ ਹੋਣੀ ਕਾਮਾਗਾਟਾ ਮਾਰੂ ਸ਼ਾਨੇ ਪੰਜਾਬ ਤੇ ਰਾਇਲ ਕਿੰਗ ਕਬੱਡੀ ਕਲੱਬ ਦੇ ਲਈ ਵੱਡਾ ਯੋਗਦਾਨ ਤੇ ਦੂਜੇ ਪਾਸੇ ਵਿੱਚੀ ਮੇਰੇ ਵੀਰੋ ਸਰਾਏ ਨਾਗਾ ਦਾ ਏਰੀਆ ਮੁਕਤਸਰ ਸਾਹਿਬ ਦੀ ਧਰਤੀ ਹੈ 40 ਮੁਕਤਿਆਂ ਦੀ ਧਰਤੀ ਮੇਰੇ ਵੀਰੋ ਇਹ ਹੈ ਗੁਰਦੀਪ ਸਿੰਘ ਬਰਾੜ ਦਾ ਪੁੱਤਰ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਦੂਜੀ ਵਾਰ ਕਹਿੰਦੇ ਖੇਡ ਮੈਦਾਨਾਂ ਦੇ ਵਿੱਚ ਇਹਨਾਂ ਗਰਾਊਂਡਾਂ ਦੇ ਵਿੱਚ ਪੁੱਜਿਆ ਤੇ ਬੱਲੇ ਬੱਲੇ ਕਰਵਾ ਰਿਹਾ ਮੇਰੇ ਵੀਰੋ ਇਹ ਹੈ ਕੈਨੇਡਾ ਦੀ ਧਰਤੀ ਦਾ ਜੰਪਲ ਮੇਰੇ ਵੀਰੋ ਪਹਿਲਵਾਨੀ ਦੇ ਵਿੱਚ ਕਹਿੰਦੇ ਵੱਡਾ ਨਾਮ ਹੈ ਜੱਸੀ ਸੋਤੇ ਦਾ ਤੇ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਵੀ ਕਹਿੰਦੇ ਵੱਡਾ ਨਾਮ ਮੇਰੇ ਵੀਰੋ ਬਣ ਗਿਆ ਇੱਕ ਪਾਸੇ ਜੱਸੀ ਸੋਤਾ ਇੰਟਰਨੈਸ਼ਨਲ
ਕਬੱਡੀ ਕਲੱਬ ਕੈਲਗਰੀ ਦੀ ਟੀਮ ਦੇ ਲਈ ਮੇਰੇ ਵੀਰੋ ਇੱਕ ਲੱਖਾਂ ਦੇ ਪਾੜ ਦਾ ਨੌਜਵਾਨ ਵਾਅਦਾ ਕਰਦਾ ਹੋਇਆ ਜਸੀ ਸਹੋਤਾ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਮੇਰੇ ਵੀਰੋ ਵੱਡੀ ਪੱਧਰ ਤੇ ਸੰਗਤ ਪੁੱਜੀ ਹੋਈ ਹੈ ਜਿਹੜੇ ਨਹੀਂ ਪੁੱਜੇ ਉਹ ਪੁੱਜਦੇ ਜਾ ਰਹੇ ਨੇ ਪਹਿਲਾ ਪ੍ਰਾਈਜ $7,000 ਦਾ ਅੱਜ ਇਸ ਕਬੱਡੀ ਕੱਪ ਦਾ ਨਿਊ ਮਿਲੇਨੀਅਮ ਟਾਇਰ ਵੱਲੋਂ ਮੇਰੇ ਵੀਰੋ ਦਿੱਤਾ ਜਾ ਰਿਹਾ ਹੈ ਨੀਤੂ ਸੋਹੀ ਉਹਨਾਂ ਦਾ ਜੈਗ ਧਾਲੀਵਾਲ ਉਹਨਾਂ ਦਾ ਰਿਕੂ ਧਾਲੀਵਾਲ ਉਹਨਾਂ ਦਾ ਜੈਸੀ ਸੋਹੀ ਉਹਨਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਤੇ ਸੁੱਚੀ ਨਿਊ ਮਿਲੇਨੀਅਮ ਦੀ ਟੀਮ ਦਾ ਵਿਸ਼ੇ ਤੌਰ ਤੇ ਧੰਨਵਾਦ ਬਿੱਲ ਕਨੈਕਸ਼ਨ ਵਾਲੇ ਕਹਿੰਦੇ ਵੀ $10 ਦੇ ਵਿੱਚ ਅੱਜ $10 ਦੀ ਡੀਲ ਹੋਊਗੀ ਤੇ ਅਮਰੀਕਾ ਵੀ ਲਾ ਸਕਦੇ ਹੋ ਫੋਨ ਤੇ ਕੈਨੇਡਾ ਸਾਰੇ ਲਾ ਸਕਦੇ ਹੋ ਲੋ ਬਿੱਲ ਵਾਲਿਆਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਸੈਕਿੰਡ ਪ੍ਰਾਈਜ਼ ਜਿਹੜਾ ਅੱਜ ਦੇ ਇਸ ਕਬੱਡੀ ਕੱਪ ਦਾ ਉਹ ਆਪਟੀਨਮ ਇਮੀਗ੍ਰੇਸ਼ਨ ਸੋਲੂਸ਼ਨ ਦੇ ਨਵਜੀਤ ਕੌਰ ਖੈਬਰਵਾਲ ਉਹਨਾਂ ਵੱਲੋਂ ਮੇਰੇ ਵੀਰੋ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਵੀ ਵਿਸ਼ੇ ਤੌਰ ਤੇ ਧੰਨਵਾਦ ਹੈ ਅੰਗਰੇਜ਼ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਢੈਚਾ ਉੱਥੋਂ ਦਾ ਅੰਗਰੇਜ਼ ਸੁਣੀ ਦਾ ਖੇਡੇ ਵਿੱਚ ਬਲੈਤਾਂ ਉੱਥੋਂ ਦਾ ਅੰਗਰੇਜ਼ ਸੁਣੀ ਦਾ ਖੇਡੇ ਵਿੱਚ ਬਲੈਤਾਂ ਮਲਕੀਤ ਸਿੰਘ ਅੰਗਰੇਜ਼ ਨੇ ਕਬੱਡੀ ਖੇਡੀ ਹੈ ਦੂਜੇ ਪਾਸੇ ਸੱਤੂ ਖਡੂਰ ਸਾਹਿਬ ਦੀ ਧਰਤੀ ਦਾ ਆਓ ਵੇਖਣਾ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਲੱਕ ਪੁਆਇੰਟ ਜਿਹੜਾ ਇਸ ਵੇਲੇ ਧਾਮੀ ਦੇ ਹਿੱਸੇ ਲੱਗ ਰਿਹਾ ਹੈ ਪੁਆਇੰਟ ਇਸ ਵੇਲੇ ਰਿਟਰਨ ਹੈ ਦੁੱਲਾ ਪੱਟਿਆ ਵਾਲਾ ਮੇਰੇ ਵੀਰੋ ਇੰਟਰਨੈਸ਼ਨਲ ਕਬੱਡੀ ਕਲੱਬ ਕੈਲਗਰੀ ਦੀ ਟੀਮ ਵੱਲੋਂ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਇਹ ਆ ਪੱਗੇ ਪਿੰਡ ਦੇ ਰੇਸ਼ਮ ਸਿੰਘ ਦਾ ਪੁੱਤਰ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਜਿਹਨੂੰ ਕਬੱਡੀ ਦੇ ਵਿੱਚ ਮੱਚਦਾ ਅੰਗਿਆਰ ਮੇਰੇ ਵੀਰੋ ਆਖਿਆ ਜਾਂਦਾ ਹੈ ਮੇਜਰ ਬਰਾੜ ਉਹਨਾਂ ਦੀ ਟੀਮ ਦੇ ਲਈ ਜਲੰਧਰ ਸਿੱਧੂ ਉਹਨਾਂ ਦੀ ਟੀਮ ਦੇ ਲਈ ਨੌਜਵਾਨ ਨੇ ਰਿੰਕੂ ਬੀਲ ਉਹਨਾਂ ਦੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਦਿੱਤਾ ਹੈ ਰਿੰਕੂ ਕੰਗਜੀ ਖੇਡ ਮੈਦਾਨ ਦੇ ਵਿੱਚ ਨੇ ਵੱਡਾ ਯੋਗਦਾਨ ਹੈ ਇਸ ਖੇਡ ਕਲੱਬ ਦੇ ਲਈ ਤੇ ਨਾਲ ਹੀ ਬਹੁਤ ਧੰਨਵਾਦ ਹੈ ਲਓ ਪਹਿਲੀ ਕਬੱਡੀ ਇਸ ਨੌਜਵਾਨ ਦੀ ਹੈ ਉਧਰ ਸੋਢੀ ਕਟੋਲਾ ਚਮਕੌਰ ਗਿੱਲ ਰਜੀਤ ਸਿੰਘ ਜੀ ਸਕੇੜਾ ਹੋਣਾ ਦੀ ਟੀਮ ਦਾ ਆ ਖਿਡਾਰੀ ਗੁਰਜਿੰਦ ਕਹਿੰਦੇ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਹੈ ਦੂਸਰੇ ਪਾਸੇ ਪਈ ਹੋਈ ਕਬੱਡੀ ਮੇਰੇ ਵੀਰੋ ਤੇ ਸਫਲਤਾ ਇਸ ਨੌਜਵਾਨ ਦੇ ਹਿੱਸੇ ਹੈ ਸਾਬੇ ਵੀਰੋ ਧੰਨਵਾਦ ਸਹੋਤਾ ਜੀ ਸਤਿਕਾਰਯੋਗ ਸ਼ਿਕਸ਼ਿਤਾ ਤੇ ਸਾਬੇ ਵੀਰੋ ਦਾ ਵੀ ਧੰਨਵਾਦ ਵੱਡਾ ਸਹਿਯੋਗ ਜਿਹੜਾ ਯੰਗ ਕਬੱਡੀ ਕਲੱਬ ਦੇ ਲਈ ਹੈ ਅੱਜ ਦੇ ਇਸ ਟੀਮ ਦੇ ਲਈ ਹੈ ਤੇ ਪਈ ਹੋਈ ਕਬੱਡੀ ਮੇਰੇ ਵੀਰੋ ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਕੌਣ ਕਬੱਡੀ ਪਾ ਰਿਹਾ ਹੈ ਟਿੱਲਾ ਦਾ ਪਲਪੁਰੀ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਕੀਤੀ ਹੋਈ ਕੋਸ਼ਿਸ਼ ਆਸੇ ਪਈ ਹੋਈ ਕਬੱਡੀ ਦੇ ਉੱਪਰ ਕੌਣ ਕੋਸ਼ਿਸ਼ ਕਰ ਰਿਹਾ ਹੈ ਤੇ ਯਾਦਵ ਸੁਖਪੁਰੀ ਆਈ ਸਭੇ ਕੀਤੀ ਹੋਈ ਕੋਸ਼ਿਸ਼ ਤੇ ਸਫਲਤਾ ਆਪਣੀ ਟੀਮ ਦੇ ਹਿੱਸੇ ਜੁੜ ਰਹੇ ਹੈ ਕਾਮਾ ਕਾਟਾ ਮਾਰੂ ਸਾਡੇ ਪੰਜਾਬ ਤੇ ਰੋਇਲ ਕਿੰਗ ਯੂਐਸਏ ਦੀ ਟੀਮ ਜਿਹੜੀ ਹਾਕਮ ਸਿੰਘ ਜੀ ਔਲਖ ਪਿੰਡਾ ਗੋਪਾ ਰਾਏ ਗੋੜਾ ਗੋਪਾ ਰਾਏ ਪਿੰਡਾ ਔਲਖ ਰਾਜੂ ਹਾਸ ਪੇਥੀ ਸੇਖੋ ਜੀਤਾ ਕਲਾਮ ਤੇ ਜਸੀ ਗਿੱਲ ਉਹਨਾਂ ਨੇ ਵੱਡਾ ਸਹਿਯੋਗ ਜਿਹੜਾ ਟੀਮ ਦੇ ਲਈ ਦਿੱਤਾ ਹੈ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਲਓ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਤੇ ਦੂਸਰੇ ਪਾਸੇ ਦੇਖਾ ਕਿ ਜਲਾਲ ਪਿੰਡ ਦਾ ਰਪਿੰਦਰ ਅਗਲੀ ਗੱਲ ਕਰਦਾ ਹੋਇਆ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਮੱਖਣ ਮੱਕੀ ਕਲਾ ਵਾਲਾ ਸੰਧੂ ਮੇਰੇ ਵੀਰੋ ਸੰਧੂ ਪਰਿਵਾਰ ਦਾ ਇਹ ਨੌਜਵਾਨ ਮੱਖਣ ਮੱਖੀ ਕਲਾਂ ਦੀ ਧਰਤੀ ਹੈ ਮਾਝੇ ਦੀ ਧਰਤੀ ਤੋਂ ਪੁੱਜਿਆ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਨੌਜਵਾਨ ਅਗਲੀ ਰੇਡ ਇਸ ਨੇ ਅਰਸ਼ੀ ਪ੍ਰੀਤਮ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਇੰਟਰਨੈਸ਼ਨਲ ਕਬੱਡੀ ਕਲੱਬ ਕੈਲਗਰੀ ਦੀ ਟੀਮ ਨੇ ਚਾਰ ਜਾਫੀ ਨੇ ਚਾਰਾਂ ਦੇ ਵਿੱਚੋਂ ਜਿਹੜੇ ਫਰੀਦਕੋਟ ਦਾ ਇੱਕ ਪਾਸੇ ਨੌਜਵਾਨ ਸ਼ਰਮਾ ਟਕੋਰ ਮਾਰੇ ਵਾਲਾ ਪਰ ਪੁਆਇੰਟ ਇਸ ਨੇ ਮੇਰੇ ਵੀਰੋ ਕਾਮਾ ਕਾਟਾ ਮਾਰੂ ਸ਼ਾਨੇ ਪੰਜਾਬ ਤੇ ਰਾਇਲ ਕਿੰਗ ਕਬੱਡੀ ਕਲੱਬ ਦੇ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਪਰਮਜੀਤ ਸਿੰਘ ਜੀ ਮਾਨ ਪੰਮਾ ਤੇ ਸੁਰਿੰਦਰ ਸਿੰਘ ਉਹਨਾਂ ਦਾ ਵੀ ਸੁਰਿੰਦਰ ਸੋਢੀ ਉਹਨਾਂ ਵੱਲੋਂ ਵਿਸ਼ੇ ਤੌਰ ਤੇ ਧੰਨਵਾਦ ਕੀਤਾ ਜਾਂਦਾ ਚਮਕੌਰ ਮਾਨ ਉਹਨਾਂ ਵੱਲੋਂ ਮਨਜੀਤ ਸਿੰਘ ਹੇਰੇ ਉਹਨਾਂ ਵੱਲੋਂ ਬੂਟਾ ਗਿੱਲ ਜੀ ਗਿੱਲ ਬਿਲਡਿੰਗ ਹੋਮ ਸੰਗਮ ਹੋਮ ਬਿੰਦੀ ਡਰਾਈਵਾਲ ਰਾਇਲ ਲਗਜ਼ਰੀ ਹੋਮ ਤੇ ਤਾਰਾ ਸਿੰਘ ਜੀ ਗਿੱਲ ਇਹਨਾਂ ਦਾ ਵੀ ਵਿਸ਼ੇ ਤੌਰ ਤੇ ਧੰਨਵਾਦ ਤੇ ਸ਼ਹਿਰੀ ਧਾਲੀਵਾਲ ਕਹਿੰਦੇ ਲੇਖੇ ਜੋਖੇ ਦੱਸਦਾ ਹੈ ਵੀ 16 ਪੁਆਇੰਟ ਨੇ ਕਾਮਾ ਗਾਟਾ ਮਾਰੂ ਪੰਜਾਬ ਸਪੋਰਟਸ ਸ਼ਾਨੇ ਪੰਜਾਬ ਦੇ ਤੇ 26 ਪੁਆਇੰਟ ਨੇ ਇਸ ਮੈਚ ਵਿੱਚੋਂ ਯੰਗ ਇੰਟਰਨੈਸ਼ਨਲ ਕੈਲਗਰੀ ਕਬੱਡੀ ਕਲੱਬ ਫ੍ਰੈਜ਼ਰ ਵੈਲੀ ਦੇ ਸਰਦਾਰ ਗੁਰਮੀਤ ਸਿੰਘ ਜੀ ਇੰਸਪੈਕਟਰ ਉੱਗੀ ਚਿੱਟੀ ਵਾਲੇ ਮੇਰੇ ਵੀਰੋ ਨੀਤੂ ਕੰਗ ਦੇ ਵਿੱਚ ਪਿੰਡ ਦੇ ਨੌਜਵਾਨ
ਜਿਹੜੇ ਸਾਡੇ ਵੀ ਇੰਸਪੈਕਟਰ ਲੱਗੇ ਹੋਏ ਹੈ ਉਹ ਵੀ ਪੁੱਜੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪੰਮੀ ਸਿੰਘ ਹੇੜਾ ਜੀ ਜਿੱਥੇ ਵੀ ਆਵਾਜ਼ ਸੁਣਦਾ ਉਹ ਆ ਕੇ ਆਪਣਾ ਜਿਹੜਾ ਸਨਮਾਨ ਹੈ ਉਹ ਪ੍ਰਾਪਤ ਕਰ ਲੈਣ ਪੰਮੀ ਸਿੰਘ ਹੇੜਾ ਜੀ ਗੁਰਸੇਵ ਸਿੰਘ ਜੀ ਇੱਧਰ ਪੁੱਜੇ ਹੋਏ ਆ ਸਾਹਿਬਾ ਸਮਰਾ ਜੀ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਮੈਨੀ ਦਾ ਵੀ ਧੰਨਵਾਦ ਲਾਈਵ ਕਮੇਟੀ ਡਾਟ ਕੌਮ ਤੇ ਇਸੇ ਤਰ੍ਹਾਂ ਐਡਵੈਂਟਨ ਸੱਭਿਆਚਾਰਕ ਮੇਲਾ ਮੇਰੇ ਵੀਰੋ 21 ਅਗਸਤ ਨੂੰ ਆਉਣ ਵਾਲੇ ਸੰਡੇ ਨੂੰ ਮੇਰੇ ਵੀਰੋ ਐਡਵੈਂਟਨ ਮਿਲਵੁੱਡ ਪਾਰਕ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਰਿਕ ਸੈਂਟਰ ਦੇ ਵਿੱਚ ਜਿੱਥੇ ਕਿ ਪਰਮਿੰਦਰ ਬੱਦੋਵਾਲ ਪਾਲ ਗੋਪਾਲ ਰਾਏ ਕੈਲ ਤੂਰ ਸੈਂਡੀ ਮਾਨ ਨਿਰਭੈ ਗਰੇਵਾਲ ਰਾਜਾ ਨਾਗਪਾਲ ਸਿੱਧਵਾ ਮੇਟ ਗੁਰਦੀਪ ਜਾਲ ਕੁਲਵੀਰ ਉੱਪਲ ਤੇ ਮਹਿੰਦਰ ਸਿੰਘ ਜੀ ਤੂਰ ਤੇ ਇੰਦਰਜੀਤ ਸਿੰਘ ਮੁੰਨਾਪੁਰੀ ਹੁਣੀ ਆਪ ਸਭ ਨੂੰ ਸੱਦਾ ਦੇ ਰਹੇ ਆ ਵਾਰਸ ਬ੍ਰਦਰ ਦਾ ਖੁੱਲਾ ਖਾਰਾ ਕਮਲਹੀਰ ਮਨਮੋਹਨ ਵਾਰਸ ਤੇ ਸੰਗਤਾਰ ਆਤਮਾ ਬੁੱਢੇ ਵਾਲੀਆ ਤੇ ਅਮਨ ਰੋਜੀ ਸੁਦੇਸ਼ ਕੁਮਾਰੀ ਤੇ ਦਿਲਜਾਨ ਕਹਿੰਦੇ ਆਪਣਾ ਖੁੱਲਾ ਪ੍ਰੋਗਰਾਮ ਮੇਰੇ ਵੀਰੋ ਪੇਸ਼ ਕਰਨਗੇ ਬਿਨਾਂ ਕਿਸੇ ਟਾਈਪ ਤੋਂ ਆਉਣ ਵਾਲੇ ਸੰਡੇ ਨੂੰ ਮਿਲਵੁੱਡ ਰਿਕ ਸੈਂਟਰ ਦੀਆਂ ਮੈਦਾਨਾਂ ਦੇ ਵਿੱਚ ਕਹਿੰਦੇ ਸੱਭਿਆਚਾਰਕ ਮੇਲਾ ਹੋਵੇਗਾ ਐਡਮਿੰਟਨ ਸੱਭਿਆਚਾਰਕ ਮੇਲਾ ABS ਟਰੈਕਿੰਗ ਤੋਂ ਸਾਡੇ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਹੋਣ ਜਾਂ ਉਹਨਾਂ ਦਾ ਕੋਈ ਵੀ ਜਿਹੜਾ ਨੁਮਾਇੰਦਾ ਹੋਵੇ ਉਹ ਆ ਕੇ ਆਪਣਾ ਜਿਹੜਾ ਸਨਮਾਨ ਹੈ ਉਹ ਪ੍ਰਾਪਤ ਕਰ ਲੈਣ ਬੜੀ ਮਿਹਰਬਾਨੀ ਹੋਵੇਗੀ ABS ਟਰੈਕਿੰਗ ਦੇ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ SH ਡਰਾਈਵਰ ਤੋਂ ਸਾਡੇ ਸੈਂਡੀ ਧਾਲੀਵਾਲ ਜੀ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਉਧਰ ਲੰਗਰ ਦੁੱਧ ਸੋਡਾ ਆਮ ਆਦਮੀ ਪਾਰਟੀ ਐਡਮਿੰਟਨ ਵੱਲੋਂ ਚੱਲ ਰਿਹਾ ਹੈ ਬੇਟਾ ਤੇ ਸਾਡੇ ਐਡਮਿੰਟਨ ਟੋਇੰਗ ਵਾਲੇ ਰਾਜੇ ਸਵੇਚ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਤੇ ਸੀਨੀਅਰ ਸੁਸਾਇਟੀ ਐਡਮਿੰਟਨ ਨਾਰਥ ਵੱਲੋਂ ਚਾਹ ਦਾ ਲੰਗਰ ਜਿਹੜਾ ਚੱਲ ਰਿਹਾ ਜੀ ਜਿਹਨੂੰ ਲੋੜ ਹੈ ਉਹ ਲੋੜ ਅਨੁਸਾਰ ਜਿਹੜਾ ਲੰਗਰ ਹੈ ਮਰਿਆਦਾ ਨਾਲ ਆਪਾਂ ਛਕ ਸਕਦੇ ਹਾਂ ਤਰਜੀਤ ਸਿੰਘ ਜੀ ਪੰਧੇਰ ਪੰਧੇਰ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਜਿਹੜੀ ਕੀਤੀ ਗਈ ਹੈ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ ਜਿਨ੍ਹਾਂ ਨੇ $1 ਤੋਂ ਲੈ ਕੇ ਕੋਈ ਵੀ ਸੇਵਾ ਲਈ ਹੈ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਭਾਈ ਹਰਜੀਤ ਸਿੰਘ ਜੀ ਧਵਾਲੀ ਸਾਡੀ ਸਿੱਖ ਕੌਮ ਦੇ ਪ੍ਰਚਾਰਕ ਨੇ ਸੇਵਾਦਾਰ ਨੇ ਉਹ ਵੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੋਏ ਹੈ ਬਹੁਤ ਬਹੁਤ ਧੰਨਵਾਦ ਅਗਲੇ ਮੈਚ ਦੀਆਂ ਟੀਮਾਂ ਸ਼ਹੀਦ ਭਗਤ ਸਿੰਘ ਦਸ਼ਮੇਸ਼ ਵਰਸਜ ਬੀਸੀ ਟਾਈਗਰਸ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਿੱਟੇ ਸੋਈ ਉਹਨਾਂ ਨੂੰ ਮੰਗੇ ਡਵਾਲ ਉਹਨਾਂ ਨੂੰ ਬੇਨਤੀ ਹੈ ਵੀ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਦੇ ਵਿੱਚ ਆਉਣਗੇ ਲਓ ਤੁਲਾ ਮੇਰੇ ਵੀਰੋ ਸੌਰੀ ਇਹ ਆ ਨੌਜਵਾਨ ਅਰਸ਼ੀ ਬਲੂਰ ਵਾਲਾ ਟਰਾਂਟੋ ਦਾ ਸੀਜ਼ਨ ਵੀ ਵਧੀਆ ਖੇਡਿਆ ਪਾਣੀ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਓ ਜੀ ਪਾਣੀ ਅਗਲੇ ਮੈਚ ਟੀਮਾਂ ਨੂੰ ਬੇਨਤੀ ਹੈ ਤੇ ਗਰਾਊਂਡ ਦੇ ਵਿੱਚ ਪਾਣੀ ਜਿਹੜਾ ਜ਼ਰੂਰ ਪੁੱਜਦਾ ਕਰਿਓ ਲਓ ਇੱਕ ਪਾਸੇ ਅਰਸ਼ੀ ਤੇ ਦੂਜੇ ਪਾਸੇ ਨੌਜਵਾਨ ਹੁਸ਼ਿਆਰਾ ਪੋਪਰ ਵਾਲਾ ਮੇਰੇ ਵੀਰੋ ਵਾਹ ਪੋਪਰ ਵਾਲਿਆ ਹੁਣ ਜੱਫਾ ਲੱਗੂ ਕਿ ਨਹੀਂ ਇਹ ਗਾਜੀਆਣੇ ਦਾ ਕਾਲਾ ਦੱਸੂ ਟਹਿਣੇ ਵਾਲਾ ਕਾਲਾ ਵੀ ਪੁੱਜਿਆ ਹੋਇਆ ਰਾਜਪਾਲ ਸਿੱਧੂ ਉਹਨਾਂ ਦਾ ਇੰਦਰਜੀਤ ਸੰਘੇ ਉਹਨਾਂ ਦਾ ਧੰਨਵਾਦ ਹੈ ਨਾਲ ਸਾਡਾ ਵੀਰ ਦੀਪ ਲਾਸ ਵੇਗਸ ਤੋਂ ਪੁੱਜਿਆ ਹੋਇਆ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਪਾਣੀ ਪੁੱਜਦਾ ਕਰ ਦਿਓ ਜੀ ਪਾਣੀ ਬੜੀ ਮਿਹਰਬਾਨੀ ਹੋਵੇਗੀ ਪਾਣੀ ਪੁੱਜਦਾ ਹੋ ਚੁੱਕਿਆ ਮੇਰਾ ਖਿਆਲ ਹੈ ਸੋ ਅਗਲੀ ਵੇਰ ਮੇਰੇ ਵੀਰੋ ਇੱਕ ਪਾਸੇ ਨੌਜਵਾਨ ਕਰਦਾ ਕੋਸ਼ਿਸ਼ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਸੁਖਮਨ ਦਾ ਵੀਰ ਤੇ ਦੂਜੇ ਪਾਸੇ ਨੌਜਵਾਨ ਅੰਗਰੇਜ਼ ਮੱਲੀਆਂ ਵਾਲਾ ਕਾਲੇ ਸਿੰਘਾਂ ਦੇ ਲਾਗੇ ਮੱਲੀਆਂ ਪਿੰਡ ਮੇਰੇ ਵੀਰੋ ਔਰ ਪੁਆਇੰਟ ਇਸ ਵੇਲੇ ਕਾਮਾਗਾਟਾ ਮਾਰੂ ਸ਼ਾਨੇ ਪੰਜਾਬ ਤੇ ਰਾਇਲ ਕਿੰਗ ਕਬੱਡੀ ਕਲੱਬ ਦੇ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਇੱਕ ਕਬੱਡੀ ਮੇਰੇ ਵੀਰੋ ਵੇਖਣ ਯੋਗ ਹੈ $1100 ਅੱਜ ਕਹਿੰਦੇ ਜੰਗ ਬਹਾਦਰ ਪਹਿਲਵਾਨ ਤੇ ਸੋਢੀ ਪਹਿਲਵਾਨ ਵੱਲੋਂ ਮੇਰੇ ਵੀਰੋ ਲੱਖੇ ਸਿੱਧਵਾ ਵਾਲੇ ਦਾ ਜਿਹੜਾ ਵਿਸ਼ੇਸ਼ ਸਨਮਾਨ ਉਹ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਹੈ ਇਸ ਤੋਂ ਅਗਲਾ ਜਿਹੜਾ ਸੈਚਰਡੇ ਗਾਲਮ ਸਾਹਿਬ 20 ਅਗਸਤ ਨੂੰ ਓਨਟਾਰੀਓ ਦੀ ਧਰਤੀ ਫਸਟ ਓਨਟਾਰੀਓ ਸੈਂਟਰ ਹਮਿਲਟਨ ਦੇ ਵਿੱਚ ਕਹਿੰਦੇ ਰੌਣਕਾਂ 26ਵੇਂ ਵਿਸ਼ਵ ਕੱਪ ਦੀਆਂ ਕੈਨੇਡਾ ਕੱਪ ਦੀਆਂ ਲੱਗਣਗੀਆਂ ਬਿੰਦੀ ਸਰਾਜ ਜੀ ਉਸ ਕੱਪ ਦੇ ਪ੍ਰਧਾਨ ਨੇ ਆਪ ਸਭ ਨੂੰ ਸੱਦਾ ਦੇ ਰਹੇ ਹੈ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਸੱਦਾ ਦੇ ਰਹੀ ਹੈ ਲਓ ਇੱਕ ਪਾਸੇ ਵੇਖਣਾ ਨੌਜਵਾਨ ਗਬਰੂ ਪਾਉਂਦਾ ਕਬੱਡੀ ਲਾਲ ਤੇ ਜੱਫਾ ਲੱਗ ਚੁੱਕਿਆ ਮੇਰੇ ਵੀਰੋ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਵੀ ਵਰਲਡ ਕੱਪ ਦੇ ਵਿੱਚੋਂ ਟਰੈਕਟਰ ਜਿੱਤਣ ਵਾਲਾ ਇਹ ਹੈ ਯਾਦਵਿੰਦਰ ਸਿੰਘ ਯਾਦਾ ਸੁਰਖਪੁਰੀਆ ਜਿਸ ਨੌਜਵਾਨ ਨੇ ਹੁਣ ਜੱਫਾ ਲਾ ਕੇ ਆਪਣੀ ਟੀਮ ਦੇ ਲਈ 1 ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ
ਇੰਟਰਨੈਸ਼ਨਲ ਕਬੱਡੀ ਕਲੱਬ ਕੈਲਗਰੀ ਦੇ ਲਈ ਸ਼ਾਬਾਸ਼ ਦਾ ਕਾਕਾ ਮੇਰੇ ਵੀਰ ਸੋਹਣਾ ਖੇਡਿਆ ਸੋਹਣਾ ਪ੍ਰਦਰਸ਼ਨ ਰਿਹਾ ਮੇਰੇ ਵੀਰ ਇਸ ਨੌਜਵਾਨ ਦੀ ਖੇਡ ਦਾ ਟਰਾਂਟੋ ਦੇ ਵਿੱਚ ਮੇਰੇ ਵੀਰ ਟਰਾਂਟੋ ਦੀ ਕਹਿੰਦੇ ਬ੍ਰੈਂਪਟਨ ਕਬੱਡੀ ਕਲੱਬ ਦੇ ਲਈ ਜਿੰਨੇ ਨਵੇਂ ਮੁੰਡੇ ਖੇਡਿਆ ਚਾਹੇ ਉਹ ਸ਼ਾਬਾਸ਼ ਦੀ ਕਾਕਾ ਹੈ ਚਾਹੇ ਉਹ ਨੌਜਵਾਨ ਅਰਸ਼ੀ ਹੈ ਲਓ ਚਾਹੇ ਘਾਸ ਵਾਲਾ ਯੋਧਾ ਹੈ ਸਾਰੇ ਖਿਡਾਰੀਆਂ ਦਾ ਮੇਰੇ ਵੀਰੋ ਪ੍ਰਦਰਸ਼ਨ ਜਿਹੜਾ ਹੈ ਬਹੁਤ ਵਧੀਆ ਰਿਹਾ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਅਗਲੀ ਰੇਡ ਵਾਹ ਸੋਹਣੀ ਖੇਡ ਕਬੱਡੀ ਦੀ ਰਫਤਾਰ ਜੋ ਯਾਰੋ ਗੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ ਵੱਡਾ ਕੱਖ ਹੈ ਐਨ ਕਹਿੰਦੇ ਪੂਰੀ ਦੁਨੀਆ ਜੁੜੀ ਹੋਈ ਹੈ ਅੱਜ ਇਸ ਮੇਰੇ ਵੀਰੋ ਕਬੱਡੀ ਕੱਪ ਦੇ ਨਾਲ ਲਾਈਵ ਵੀ ਤੇ ਜਿਹੜੇ ਲਾਈਵ ਨਹੀਂ ਦੇਖ ਰਹੇ ਉਹ ਗਰਾਊਂਡਾਂ ਦੇ ਲਾਗੇ ਆ ਕੇ ਮੇਰੇ ਵੀਰੋ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੈ ਸ਼ਿੰਦੇ ਅੱਚਰਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼ਿੰਦੇ ਤੇ ਮੱਖਣ ਦੀ ਜੋੜੀ ਕਹਿੰਦੇ ਸੁਧਾਰ ਕਾਲਜ ਦੇ ਵਿੱਚ ਪੜ੍ਹਦੇ ਹੈ ਬੜੀ ਮਸ਼ਹੂਰ ਹੋਈ ਹੈ ਮੇਰੇ ਵੀਰੋ ਇਸ ਫੈਡਰੇਸ਼ਨ ਦੇ ਵਿੱਚ ਜ਼ਿਆਦਾਤਰ ਜਿਹੜੇ ਪੁਰਾਣੇ ਖਿਡਾਰੀਆਂ ਨੂੰ ਜ਼ਿੰਮੇਵਾਰੀਆਂ ਮੇਰੇ ਵੀਰੋ ਦਿੱਤੀਆਂ ਹੋਈਆਂ ਚਾਹੇ ਉਹ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਰਸ਼ੀ ਇਸ ਵੇਲੇ ਪ੍ਰੀਤਮ ਅਰਸ਼ੀ ਪ੍ਰੀਤਮ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਅਰਸ਼ੀ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਇੰਟਰਨੈਸ਼ਨਲ ਕਬੱਡੀ ਕਲੱਬ ਕੈਲਗਰੀ ਦੀ ਨੌਜਵਾਨ ਟੀਮ ਦਾ ਇਸ ਵੇਲੇ ਜੱਫਾ ਨਹੀਂ ਲਾ ਸਕਿਆ ਤੇ ਅਗਲੀ ਰੇਡ ਐਸੂਸ ਚਵੇ ਐਸੂਸ ਚਵੇ ਦੀ ਪਈ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ ਉਧਰ ਪਈ ਹੋਈ ਕਬੱਡੀ ਤੇ ਕੀਤੀ ਹੋਈ ਕੋਸ਼ਿਸ਼ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੌਣ ਕੋਸ਼ਿਸ਼ ਕਰ ਰਿਹਾ ਹੈ ਵੀ ਹੁਸ਼ਿਆਰਾ ਕੋਸ਼ਿਸ਼ ਕਰ ਰਿਹਾ ਹੈ ਪਰ ਸਫਲਤਾ ਇਸ ਮੌਜਾ ਤੇ ਹੀ ਸੀ ਇੱਕ ਪੁਆਇੰਟ ਦਾ ਵਾਧਾ ਹੁੰਦਾ ਹੈ ਸੀਰਤ ਸਿੰਘ ਜੀ ਬਰਾੜ ਤੇ ਅਮਰਜੀਤ ਸਿੰਘ ਜੀ ਸਮਰਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਯੰਗ ਕਬੱਡੀ ਕਲੱਬ ਦੇ ਨਾਲ ਜੁੜੇ ਹੋਏ ਤੇ ਇੰਟਰਨੈਸ਼ਨਲ ਕੈਲਗਰੀ ਦੀ ਟੀਮ ਇੱਕ ਪਾਸੇ ਤੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਅੰਗਰੇਜ਼ ਬੱਲੀਆਂਵਾਲ ਉਧਰ ਹੀ ਸ਼ਿੰਦਾ ਅੱਚਰਵਾਲ ਵੀ ਕਹਿੰਦੇ ਬੰਦੇ ਸਹਿਯੋਗ ਇੰਟਰਨੈਸ਼ਨਲ ਕੈਲਗਰੀ ਦੀ ਟੀਮ ਦੇ ਕਰਤਾ ਤਾਂ ਸਾਰੇ ਤੇ ਪਈ ਹੋਈ ਕਬੱਡੀ ਤੇ ਸਫਲਤਾ ਅੰਗਰੇਜ਼ ਬੱਲੀਆਂ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਇੱਕ ਪੁਆਇੰਟ ਦਾ ਵਾਧਾ ਕਰਦਾ ਹੈ ਗਿੱਲ ਬ੍ਰਿਟ ਹੋਮਸ ਬੂਟਾ ਸਿੰਘ ਜੀ ਗਿੱਲ ਸੰਗਮ ਹੋਮਸ ਵਿੰਦੀ ਡਰਾਈਵਾਲ ਰਾਇਲ ਰਕਸੀ ਹੋਮਸ ਤੇ ਤਾਰਾ ਸਿੰਘ ਜੀ ਗਿੱਲ ਕਹਿੰਦੇ ਇੰਟਰਨੈਸ਼ਨਲ ਕੈਲਗਰੀ ਯੰਗ ਤੇ ਫਰੇਜ਼ਰ ਵਾਲੀ ਕਬੱਡੀ ਕੱਪ ਨੂੰ ਜਿਹੜਾ ਸਪੌਂਸਰ ਕਰ ਰਹੇ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਸ਼ਖਸੀਅਤਾਂ ਦਾ ਲਓ ਪਈ ਹੋਈ ਕਬੱਡੀ ਮੱਖਣ ਦੀ ਖੇਡ ਮੈਦਾਨ ਦੇ ਵਿੱਚ ਮੱਖਣ ਮੱਖੀ ਅੱਜ ਸਵੇ ਕਬੱਡੀ ਪਾ ਰਿਹਾ ਅਮਰਤ ਕੌਂਕਿਆਂ ਵਾਲਾ ਕਰੂ ਦੋ ਹੱਥ ਜਾਂ ਫਿਰ ਗੁਰਦਿੱਤ ਦੀ ਕੀਤੀ ਹੋਈ ਕੋਸ਼ਿਸ਼ ਮੇਰੇ ਵੀਰੋ ਤੇ ਸਫਲਤਾ ਅੱਜ ਸਵੇ ਮੱਖਣ ਦੇ ਹਿੱਸੇ ਹੈ ਇੰਟਰਨੈਸ਼ਨਲ ਕੈਲਗਰੀ ਦੀ ਟੀਮ ਦੇ ਹਿੱਸੇ ਹੈ ਗੋਨੀ ਹੋਲਡਿੰਗ ਤੋਂ ਪੰਮੀ ਵੀਰ ਉਹਨਾਂ ਦਾ ਪੰਮੀ ਸੰਘੇੜਾ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਅਲਵਟਾ ਪੰਜਾਬੀ ਸਪੋਰਟਸ ਕਬੱਡੀ ਕਲੱਬ ਲਈ ਉਹ ਵੀ ਜਲਦੀ ਨਾਲ ਜਿਹੜਾ ਸਟੇਜ ਤੇ ਲਾ ਕੇ ਆ ਜਾਣਗੇ ਆਪ ਸਭ ਦਾ ਵੀ ਧੰਨਵਾਦ ਜਿਹਨਾਂ ਨੇ ਕੀਮਤੀ ਸਮਾਂ ਅੱਜ ਦੇ ਇਸ ਕਬੱਡੀ ਈਵੈਂਟ ਲਈ ਕੱਢਿਆ ਮੇਰੇ ਵੀਰੋ ਤੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਅੱਜ ਸਵੇ ਕੀਤੀ ਹੋਈ ਕੋਸ਼ਿਸ਼ ਤੇ ਚਾਰ ਜਰਸੀਆਂ ਦੇ ਵਿੱਚ ਸਫਲਤਾ ਅੱਜ ਸਵੇ ਦੇਖਦੇ ਹੈ ਵੀ ਇਸ ਮੌਜਾ ਜੱਸੀ ਦੇ ਹਿੱਸੇ ਜੁੜਦੀ ਹੋਈ ਕਾਮਾ ਕਾਤਾ ਮਾਰੂ ਸ਼ਾਨੇ ਪੰਜਾਬ ਤੇ ਰਾਇਲ ਕੈਂਡੀ ਯੂਐਸਏ ਦੀ ਟੀਮ ਦੇ ਲਈ ਹਾਕਮ ਸਿੰਘ ਜੀ ਔਲਖ ਬਿੰਦਾ ਬੋਪਾਰਾਏ ਗੋਰਾ ਬੋਪਾਰਾਏ ਬਿੰਦਾ ਔਲਖ ਜੀ ਰਾਜੂ ਹਾਂਸ ਪ੍ਰਿਥੀ ਸੇਖੋ ਜੀਤ ਕੁਰਾ ਤੇ ਜੱਸੀ ਗਿੱਲ ਉਹਨਾਂ ਨੇ ਮੌਕਰ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਅਲਵਟਾ ਪੰਜਾਬੀ ਸਪੋਰਟਸ ਕਬੱਡੀ ਕਲੱਬ ਲਈ ਵੱਡਾ ਸਹਿਯੋਗ ਦਿੱਤਾ ਮੇਰੇ ਵੀਰੋ ਲਓ ਪਈ ਹੋਈ ਕਬੱਡੀ ਲਾਡਾ ਬਲਪੁਰੀ ਆ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਪਈ ਹੋਈ ਕਬੱਡੀ ਅਰਸ਼ ਚੋਰਾ ਸਾਹਿਬ ਦਾ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਸਮਾਂ ਬੀਤਿਆ ਇਸ਼ਾਰੇ ਹੋਏ ਹੈ ਵੀ ਇਹ ਪੁਆਇੰਟ ਜਿਹੜਾ ਇਸ ਸਮੇਂ ਕਾਮਾ ਕਾਟਾ ਮਾਰੂ ਸ਼ਾਨੇ ਪੰਜਾਬ ਤੇ ਰਾਇਲ ਕੈਂਡੀ ਯੂਐਸਏ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਾਕਾ ਸ਼ਾਹਵਾਦ ਅਗਲੀ ਕਬੱਡੀ ਪਾ ਰਿਹਾ ਚੌਥਾ ਅਲਵਾਡਾ ਕਬੱਡੀ ਕੱਪ ਮੈਚ ਖੇਡਿਆ ਜਾ ਰਿਹਾ ਜਦੋਂ ਦੋ ਟੀਮਾਂ ਦੇ ਵਿਚਕਾਰ ਅਗਲੇ ਮੈਚ ਲਈ ਸ਼ਹੀਦ ਭਗਤ ਸਿੰਘ ਦਸ਼ਮੇਸ਼ ਐਮਸੋਰ ਦੀ ਟੀਮ ਤੇ ਬੀਸੀ ਟਾਈਗਰ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਮੈਦਾਨ ਵੱਲ ਆਵੇਗੀ ਲਓ ਕਾਕੇ ਦੀ ਪਈ ਹੋਈ ਕਬੱਡੀ ਤੇ ਕੌਣ ਕੋਸ਼ਿਸ਼ ਕਰ ਰਹੇ ਹੈ ਤੇ ਸਫਲਤਾ ਕਾਕਾ ਸ਼ਾਹਵਾਦ ਆਪਣੀ ਟੀਮ ਦੇ ਹਿੱਸੇ ਜੁੜਦਾ ਹੈ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਬੈਨਰ ਹੇਠ ਜਿਹੜੇ ਇਹ ਮੁਕਾਬਲੇ ਜਿਹੜੇ ਹੋ ਰਹੇ ਹੈ ਸਰਜੀਤ ਸਿੰਘ ਜੀ ਸਿੱਧੂ ਪ੍ਰਧਾਨ ਨੇ ਚੇਅਰਮੈਨ ਬਿੱਟਾ ਸੋਹੀ ਤੇ ਖਜਾਨਚੀ ਹਰਵਿੰਦਰ ਸਿੰਘ ਜੀ ਲੱਡੂ ਹੋਣੀ ਵੱਡੀਆਂ ਸੇਵਾਵਾਂ ਪੂਰੀ ਫੈਡਰੇਸ਼ਨ ਦੀ ਟੁੱਕ ਕੱਦ ਹੋਈ ਨਾਲੀ ਢੇਸੀ ਹੋਈ ਪੂਰੀ ਫੈਡਰੇਸ਼ਨ ਦਾ ਜਿਹੜਾ ਧੰਨਵਾਦ ਸੋਹਣੀ ਕੰਦੋਲਾ ਜੀ ਲਓ ਪਈ ਹੋਈ ਕਬੱਡੀ ਤੇ
फिर मैदान सत्तू खडूर साहब का एक पासे जरा मुक्तसर साहब ते दूसरे पासे सलोजन की पई हुई कबड्डी हरशिप्रीत मंपी टीम से माइक रुपिंदर यराम के हवाले अगली गल मैनू लगता बिजी है लो गल दूसरे पासे अर्श पलूर पिंड का लो इस समय पई हुई कबड्डी अर्श पलूर पिंड का अर्श भरूर पिंड का कबड्डी पा रहे हैं गुरदित किशनगढ़ छन्ना पिंड का लाजफा अपनी टीम में से एक पॉइंट का वाधा करता है कबड्डी फेडरेशन ऑफ ओंटारियो वालों भी मुबारकबाद जी अलवाटा पंजाबी स्पोर्ट्स कबड्डी क्लब को भेजी जा रही है। इधर अंग्रेज मलिया पिंड का अगली कबड्डी पाने के लिए अगे वाधा है सुखा की तवीती गढ़ है राणा धारीवाल वाली पप्पा भार के नाल पौल बोपरा जी लखीर सिंह जी औजला बलदेव सिंह जी गिल होनी लाओ पई हुई कबड्डी यादा इस समय कोशिश कर रहे हैं पई हुई कबड्डी के पर यादा सुरखपुरी है सफलता जी इस समय देख रहे हैं भी अंग्रेज मलिया वाले के हिस्से है लो पई हुई कबड्डी इस समय जर्सी की जर्सी सहोता कबड्डी पाने के लिए अगे वाल वाधा होया दूसरे पासे हुशियारे की कोशिश है। इधर देखते हैं भी शहीद भगत सिंह दशमेश अहम सरोड़ कबड्डी क्लब की टीम जी खेल मैदान के लागे पुजी है असं धन्यवाद करते हैं दुनिया के महान कबड्डी खिलाड़ी तुम देख रहे हो भी कमल नवे पिंड का पच्चीवें कनेडा कबड्डी कप का उत्तम धारी गुरप्रीत भी पुजे है दुनिया का महान कबड्डी खिलाड़ी संदीप कमान दिड़वे वाला मंगत सिंह मंगी यार कोटली गाजरा का वो इस टीम के हो गए गलां बातें हो अगले मैच के पर हूँ देखते हैं भी बिक्रमजीत सिंह बिक्की हरी के पिंड का दूसरे पासे लाजफा अपनी टीम के हिस्से एक पॉइंट का वाधा कर चुके हैं एक पॉइंट अपनी टीम के हिस्से जुड़ चुके हैं। अगली कबड्डी फिर देखा भी कौन काका शाहवाद अगली कबड्डी पाने लिए खेल मैदान के अगे वाल वाधा होया लो काके की पई हुई अगली कबड्डी आप फिर जुड़ा गिल रिड होम्स संगम होम्स सारे वीर का धन्यवाद वे सहयोग सारे खेल प्रबंधक वीर का असं धन्यवाद करते हैं। लो काका शाहवाद अगली कबड्डी पाने लिए अगे वाल वाधा होया दिल्ली ड्राइवर रॉयल लक्सरी होम्स तारा सिंह जी गिल इन सारे वीर का धन्यवाद है जो इंटरनेशनल कैलगरी की टीम स्पॉन्सर कर रहे हैं मेरे वीडियो तो पई हुई अगली कबड्डी नाल आपां फिर जुड़ांगे भी अर्शी प्रीतम माइक रुपिंदर जराल के हवाले होगा अगली गल अर्शी प्रीतम की पई हुई कबड्डी की जराल बंडदा रुपिंदर करता होया लो एक पासे मेरे वीडियो अर्शी प्रीतम के दूजे पासे नौजवान सतनाम सिंह सत्तू खंडूर साहब की धरती का खंडूर साहब की धरती से कहते गुरुआ ने मल खारे की शुरुआत की है उस धरती तो नौजवान गभरू पुजा होया। लो बलवीर सिंह दुला बगे पिंड इस वे कबड्डी पाने के लिए खेल मैदान नौजवान वाधा होया दुला बगिया वाला पाँगा होया रेड चार जाफी तैयार ने और हल्का जहा लगे हुआ टच कुलवीर सिंह दुले ते काले गाजिया ने साझे तौर पर फैसला भी पॉइंट जिहड़ा ताबीर है पॉइंट इस वे रेडर के हिस्से जुड़ता होया यह भी गिल ट्रैकिंग लिमिटेड के बहादुर गिल जी यह भी अस ट्रक एंड ट्रैकिंग एंड ट्रक वास तो अमृतपाल गरेवाल जी जी एस गिल ट्रैकिंग तो गैरी गिल होना का गिल बुलेट होम तो बूटा गिल जी संगम होम सनी व्यू होम ब्लस होम तारा सिंह जी गिल करनैल सिंह जी धामी ए वन ट्रस्ट ए क्लास टको एके धालीवाल ट्रैकिंग जी एस धालीवाल ट्रैकिंग का मेन स्पॉन्सर नाम है अच्छे कबड्डी कप का पहला प्राइज मेरे वीडियो जोड़ा दिता जा रहा है वो न्यू मिलेनियम टायर के नीडो सोही जैग धालीवाल होना वालों के दूजे पासे नौजवान एक ही कबड्डी का फैसला जोड़ा हो चुका है शहीद भगत सिंह दशमेश कबड्डी क्लब खेल मैदान अगले मैच लिए पहुंच चुकी है पिंदर साडा वीर एल एम टी ट्रैकिंग की गल हों नहीं पूछ सकिया पर लाइव कहते आनंद माण रहा है गरेवाल साहब साढ़े दरमियान पहुंच चुके हैं और वो धन्यवाद है बेटे सोही उन्हों का इकबाल सिंह जी स्वैच पटना सुनीत सिंटर पार्क एरोसपोर्ट मंगे इकबाल होना का धन्यवाद
29 ਪੁਆਇੰਟ ਨੇ ਕਾਮਾਗਾਟਾ ਵਾਲੂ ਪੰਜਾਬ ਸਪੋਰਟਸ ਤੇ ਸ਼ਾਨੇ ਪੰਜਾਬ ਕਬੱਡੀ ਕਲੱਬ ਦੇ ਤੇ 39.5 ਪੁਆਇੰਟ ਨੇ ਯੰਗ ਇੰਟਰਨੈਸ਼ਨਲ ਕੈਲਗਰੀ ਦੇ ਇਸ ਮੈਚ ਦੇ ਵਿੱਚੋਂ ਯੰਗ ਇੰਟਰਨੈਸ਼ਨਲ ਕੈਲਗਰੀ ਦੀ ਟੀਮ ਜੇਤੂ ਰਹੀ ਹੈ ਯੰਗ ਇੰਟਰਨੈਸ਼ਨਲ ਕੈਲਗਰੀ ਬੀਸੀ ਟਾਈਗਰ ਵਰਸਸ ਸ਼ਹੀਦ ਭਗਤ ਸਿੰਘ ਦਸ਼ਮੇਸ਼ ਬੋਬੀ ਗੈਲਵੀ ਇਕਬਾਲ ਗਾਲਵ ਜੀ ਮੇਰੇ ਕੋਲ ਆਉਣਗੇ ਬੜੀ ਮਿਹਰਬਾਨੀ ਹੋਊਗੀ ਇਕਬਾਲ ਗਾਲਵ ਸ਼ਹੀਦ ਭਗਤ ਸਿੰਘ ਨੇ ਇਹ ਵੀ ਗੱਲ ਟਰੈਕਿੰਗ ਲਿਮਟਡ ਦੇ ਬਹਾਦਰ ਗਿੱਲ ਦੀ ਜੇਐਸ ਟਰੈਕਿੰਗ ਦੇ ਭੋਲਾ ਸਿੱਧੂਰੀ ਏਕੇ ਧਾਲੀਵਾਲ ਟਰੈਕਿੰਗ ਲਿਮਟਡ ਦੇ ਅਮਰਜੀਤ ਸਿੰਘ ਜੀ ਧਾਲੀਵਾਲ ਜੀਐਸ ਧਾਲੀਵਾਲ ਟਰੈਕਿੰਗ ਤੋਂ ਗੁਰਵੀਰ ਸਿੰਘ ਜੀ ਧਾਲੀਵਾਲ ਸਕੱਤਰ ਸਿੰਘ ਜੀ ਸੰਧੂ ਟਰੈਕਿੰਗ ਤੋਂ ਸ਼ਹੀਦ ਭਗਤ ਸਿੰਘ ਦਸ਼ਮੇਸ਼ ਐਮ ਸੋਰ ਦੀ ਟੀਮ ਦੇ ਜਿਹੜੇ ਸਪੋਂਸਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਉਹ ਖੇਡ ਮੈਦਾਨ ਦੇ ਵਿੱਚ ਚਲੇ ਜਾਣ ਟੀਮ ਦੇ ਨਾਲ ਜਾਣ ਪਹਿਚਾਣ ਹੋਵੇਗੀ ਯਾਦਾਂ ਦੇ ਹਸੀਨ ਪਲ ਕੈਮਰੇ ਦੀ ਅੱਖ ਦੇ ਵਿੱਚ ਬੰਦ ਹੋਣਗੇ ਬੋਬੀ ਗਿੱਲ ਉਹਨਾਂ ਦਾ ਵੀ ਬੇਨਤੀ ਹੈ ਬੋਬੀ ਗਿੱਲ ਹੋਣੀ ਇਹ ਵੀ ਗੱਲ ਤੋਂ ਸਾਡੇ ਬੋਬੀ ਜੀ ਬਹਾਦਰ ਸਿੰਘ ਜੀ ਅੱਛਾ ਬੋਬੀ ਤੇ ਬਹਾਦਰ ਵੱਡੋ ਵੱਡ ਹੈ ਉਹ ਦੋਨੋਂ ਵੀਰ ਹੀ ਜਿਹੜੇ ਖੇਡ ਮੈਦਾਨ ਦੇ ਵਿੱਚ ਚਲੇ ਜਾਣ ਬੜੀ ਮਿਹਰਬਾਨੀ ਹੈ ਸੈਮੀ ਫਾਈਨਲ ਦੀਆਂ ਟਾਂਗਾਂ ਪੈਣ ਜਾ ਰਹੀਆਂ ਹੈ ਸੈਮੀ ਫਾਈਨਲ ਕੱਲ ਨੂੰ ਮੇਰੇ ਪੰਜਾਬੀ ਜੀ ਨੂੰ ਕੱਲ ਦੀ ਜਿਹੜੀ ਤਰੀਕ ਹੈ ਮੈਨੀਟੋਬਾ ਦੇ ਬਿਨੀ ਪੈਗ ਦੇ ਵਿੱਚ ਰੌਣਕਾਂ ਲੱਗਣਗੀਆਂ ਹੈ ਸੋ ਇਹੀ ਟੀਮਾਂ ਜਿਹੜੀਆਂ ਕੱਲ ਨੂੰ ਵੀ ਖੇਡਣਗੀਆਂ ਤੇ ਨਾਲ ਹੀ ਮੇਰੀ ਬੇਨਤੀ ਇਹ ਵੀ ਗੱਲ ਟਰੈਕਿੰਗ ਤੋਂ ਬਹਾਦਰ ਗਿੱਲ ਜੀ ਜੇ ਐਸ ਟਰੈਕਿੰਗ ਤੋਂ ਭੋਲਾ ਸਿੱਧੂ ਜੀ ਏਕੇ ਧਾਲੀਵਾਲ ਟਰੈਕਿੰਗ ਤੋਂ ਅਮਰਜੀਤ ਧਾਲੀਵਾਲ ਜੀ ਐਸ ਧਾਲੀਵਾਲ ਟਰੈਕਿੰਗ ਤੋਂ ਗੁਰਮੀਤ ਧਾਲੀਵਾਲ ਸੰਧੂ ਟਰੈਕਿੰਗ ਤੋਂ ਸਕੱਤਰ ਸਿੰਘ ਜੀ ਤੇ ਬੋਬੀ ਗੱਲ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਖੇਡ ਮੈਦਾਨ ਦੇ ਵਿੱਚ ਜਾਣਗੇ ਟੀਮ ਦੇ ਨਾਲ ਜਾਣ ਪਹਿਚਾਣ ਕਰਨਗੇ ਕਬੱਡੀ ਦਾ ਵੱਡਾ ਮਨ ਸੰਦੀਪ ਮੁੱਧਾ ਵੀ ਖੇਡ ਮੈਦਾਨ ਦੇ ਵਿੱਚ ਹੈ ਕਮਲ ਨਵੇਂ ਪਿੰਡੀਆਂ ਵੀ ਖੇਡ ਮੈਦਾਨ ਦੇ ਵਿੱਚ ਹੈ ਮੇਰੇ ਪੰਜਾਬੀ ਜਿਹੜੇ ਮੰਗੀ ਬੱਗਿਆਂ ਵਾਲਾ ਵੀ ਖੇਡ ਮੈਦਾਨ ਦੇ ਵਿੱਚ ਹੈ ਤੇ ਸਲਾਮੂ ਸ਼ਾਮ ਚੁਰਾਸੀ ਵਾਲਾ ਬੱਬੂ ਝਨੇੜੀ ਤੇ ਧਨੌਲੇ ਵਾਲਾ ਕਾਲਾ ਉੱਡਣਾ ਕਾਲੇ ਸਿੰਘਾਂ ਦਾ ਮੇਰੇ ਵੀਰੋ ਗੁਰਪ੍ਰੀਤ ਗੁਰਜੋਣੀ ਨੌਜਵਾਨ ਦੁਨੀਆਂ ਦੇ ਮੰਨੇ ਪ੍ਰਮੰਨੇ ਖਿਡਾਰੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੇ ਸਾਡੇ ਵੀਰ ਇਹ ਵੀ ਗਿੱਲ ਟਰੈਕਿੰਗ ਤੋਂ ਬਹਾਦਰ ਗਿੱਲ ਜੇਐਸ ਟਰੈਕਿੰਗ ਤੋਂ ਭੋਲਾ ਸਿੱਧੂ ਏਕੇ ਧਾਲੀਵਾਲ ਟਰੈਕਿੰਗ ਤੋਂ ਅਮਰਜੀਤ ਧਾਲੀਵਾਲ ਜੇਐਸ ਧਾਲੀਵਾਲ ਟਰੈਕਿੰਗ ਤੋਂ ਗੁਰਮੀਤ ਧਾਲੀਵਾਲ ਸੰਧੂ ਟਰੈਕਿੰਗ ਤੋਂ ਸਕੱਤਰ ਸਿੰਘ ਜੀ ਉਹ ਖੇਡ ਮੈਦਾਨ ਦੇ ਵਿੱਚ ਨੇ ਆਪਣੀ ਟੀਮ ਦੇ ਨਾਲ ਜਾਣ ਪਹਿਚਾਣ ਕਰਨਗੇ ਸ਼ਹੀਦ ਭਗਤ ਸਿੰਘ ਦਸ਼ਮੇਸ਼ ਐਰੋਸਪੋਰਟ ਪਰਮ ਗਿੱਲ ਹੋਣਾ ਦਾ ਸੋ ਬੇਨਤੀ ਆ ਵੀ ਸਾਊਂਡ ਪਲੀਜ਼ ਕੋਰਨਲੈਸ ਮਾਈਕ ਜਿਹੜਾ ਜ਼ਰੂਰ ਦੇ ਦਿਓ ਬੜੀ ਮਿਹਰਬਾਨੀ ਹੈ ਰੱਸਾ ਕਸ਼ੀ ਦੀਆਂ ਕਹਿੰਦੇ ਦੋ ਟੀਮਾਂ ਹੋ ਚੁੱਕੀਆਂ ਜੀ ਕਿਹੜੀਆਂ ਕਿਹੜੀਆਂ ਇੱਥੇ ਮੋਗਾ ਸਪੋਰਟਸ ਕਲੱਬ ਕੈਲਗਰੀ ਤੇ ਐਡਮਿੰਟਨ ਸਪੋਰਟਸ ਕਲੱਬ ਜੇ ਵੀ ਕਿਸੇ ਨੇ ਹੋਰ ਵੀ ਟੀਮ ਐਂਟਰ ਕਰਵਾਉਣੀ ਹੈ ਤੇ ਜਲਦੀ ਦੇ ਨਾਲ ਹੀ ਜਿਹੜੀ ਆਪਣੀ ਟੀਮ ਹੈ ਉਹ ਐਂਟਰ ਕਰਵਾ ਸਕਦਾ ਬੜੀ ਮਿਹਰਬਾਨੀ ਹੋਊਗੀ ਦੂਜਾ ਮਾਈਕ ਪਲੀਜ਼ ਕੋਰਨਲੈਸ
अर्जुन देखो बड़ी मेहरबानी होगी। सो सारे वीर का बहुत बहुत धन्यवाद है, अलवरटा पंजाबी स्पोर्ट्स क्लब का विशेष तौर पर धन्यवाद है। अपनी टीम के नाल साडे वीर जान पहचान कर रहे हैं, शहीद भगत सिंह दशमेश एमएसओ, दूसरे पासे डीसी टाइगर की टीम है। सो जिन्हें भी वीर ने यह टीम तैयार की सारे वीर का बहुत बहुत धन्यवाद। सोनी रौनी रौनी के भी बड़ा कप होया, कोट गंगू राय वाले मुंडे ने कहते ट्रैक्टर जितया मेरे जी को फोर्ड। ਆਹ